ਸਸਿਕਾਲ ਪੰਜਾਬੀ ਰੇਡੀਓ ਯੂ ਐਸ اے ਸੁਣ ਰਹੇ ਦੇਖ ਰਹੇ ਸਾਰੇ শ্রোਤੇਆਂ ਤੇ ਦਰਸ਼ਕਾਂ ਨੂੰ ਵੀ ਨਿੱggi ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਸਿਕਾਲ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਆ ਮਹਾਰਾਜ ਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਯੂ ਐਸ ਇਮੀਗ੍ਰੇਸ਼ਨ ਦੇ ਰਟਰਨੀ ਜੇਟਰ ਕਹਿਣਾ ਜੀ ਰਟਰਨੀ ਟੇਕਣਾ ਜੀ ਜੀ ਆਇਆਂ ਨੂੰ ਸਵਾਗਤ ਹੈ ਸਸਿਕਾਲ ਜੀ ਸਸਿਕਾਲ ਜੀ ਸਾਰਿਆਂ ਨੂੰ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ ਇਸ ਵੇਲੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਬਾਬਾ ਮਕਰ ਦੀਆਂ ਨਵੀਆਂ ਅਪਲੀਕੇਸ਼ਨਜ਼ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 65 ਸਾਲ ਤੋਂ ਉੱਤੇ ਹੋ ਤੇ ਮੈਡੀਕਅਰ ਦੇ ਲਈ ਅਪਲਾਈ ਕਰਨਾ ਹੈ ਮੈਡੀਕਅਰ ਦੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੇ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਲਾਈਫ ਇੰਸ਼ੋਰੈਂਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਗ੍ਰੀਨ ਕਾਰਡ ਦਾ ਕੰਮ ਅਸਾਈਲਮ ਦੇ ਕੇਸਿਸ ਹੋਰ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦੇ ਕੰਮ ਲਈ ਕਾਲ اٹ ਅਨੀ ਜੇਟੇਡ ਕਿਹਣਾ 415 999 503 ਤੇ ਜਸਪਾਲ ਸਿੰਘ ਜੀ ਯੂਬਸਿਟੀ ਇਹਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇਤੇ ਤੇ ਅਟਰਨਿਟਰ ਕਿਹਣਾ ਜੀ ਅੱਜ ਆਪਾਂ ਕਿਹੜੇ ਇਸ਼ੂਜ਼ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਅਸੀਂ ਜੀ ਅਸਲਮ ਦੇ ਮੁੱਦਿਆਂ ਦੇ ਉੱਤੇ ਗੱਲ ਕਰਾਂਗੇ ਜੀ ਜਿਹੜਾ ਬੇਸਿਕ ਆਪਣੀ ਕੋਰਟ ਦੀ ਇਨਫੋਰਮੇਸ਼ਨ ਆ ਕੋਰਟਸ ਦੇ ਵਿੱਚ ਕੀ ਚੱਲ ਰਿਹਾ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਆਪਾਂ ਸਾਂਝੀ ਕਰਾਂਗੇ ਤੇ ਇਹ ਜਿਹੜੀ ਇਨਫੋਰਮੇਸ਼ਨ ਆ ਆਪਣੇ ਜਿੱਦਾਂ ਕੇਸ ਵਗੈਰਾ ਜਿਹੜੇ ਚੱਲਦੇ ਆ ਕੋਰਟ ਰੂਮ 'ਚ ਆਪਾਂ ਦੇਖੀਦਾ ਜੱਜਾਂ ਨਾਲ ਮਿਲਿਦਾ ਵਰਤੀ ਦਾ ਕਲਾਇੰਟਸ ਦਾ ਇੰਟਰਵਿਊ ਕਿੱਦਾਂ ਚੱਲਦੀ ਆ ਸਰਕਾਰੀ ਵਕੀਲਾਂ ਦੇ ਨਾਲ ਕਿੱਦਾਂ ਇੰਟਰੈਕਸ਼ਨ ਹੁੰਦੀ ਆ ਸੋ ਸਾਰਾ ਜਿਹੜਾ ਕੋਰਟ ਰੂਮ ਦਾ ਜਿਹੜਾ ਐਕਸਪੀਰੀਅੰਸ ਆ ਜਿਹੜਾ ਜਨਰਲ ਐਕਸਪੀਰੀਅੰਸ ਆ ਉਹ ਆਪਾਂ ਜਿਹੜਾ ਸਾਂਝਾ ਕਰਾਂਗੇ ਕਿ ਕੀ ਮੁੱਦੇ ਹੁੰਦੇ ਆ ਜੀ ਸੋ ਸ਼ੁਰੂਆਤ ਫਿਰ ਕੋਰਟ ਤੋਂ ਹੀ ਅਟਰਨੀ ਟੇਕ ਕਹਿਣਾ ਜੀ ਕਰਦੇ ਆ ਲੇਟੈਸਟ ਕੇਸਸ ਦੇ ਵਿੱਚ ਕਿੱਦਾਂ ਚੱਲ ਰਿਹਾ ਹੈ ਕੋਰਟ ਦੇ ਰਵੱਈਏ ਦੇ ਵਿੱਚ ਕੀ ਕੁਝ ਫਰਕ ਨਜ਼ਰ ਆ ਰਿਹਾ ਹੈ ਜਾਂ ਕਿੱਦਾਂ ਕੇਸਸ ਜਿਹੜੇ ਇਸ ਟਾਈਮ ਪੈਰਵਾਈ ਚੱਲ ਰਹੀ ਹੈ ਆ ਕਾਫੀ ਜੱਜ ਜਿਹੜੇ ਹੁਣ ਮੇਨ ਗੱਲ ਇਹ ਆ ਜਾਂਦੀ ਹੈ ਕਿ ਜੱਜ ਹੁਣਾਂ ਦੀ ਰੇਟਿੰਗ ਕਿੱਦਾਂ ਤੇ ਕਾਫੀ ਸਾਰੇ ਨਵੇਂ ਵੀ ਜਜਸ ਜਿਹੜੇ ਅਪਾਇੰਟ ਕੀਤੇ ਸਿਗੇ ਜਨਾਂ ਦੀ ਰੇਟਿੰਗ ਨਹੀਂ ਹੈਗੀ ਇਸ ਵੇਲੇ ਤੇ ਆਪਾਂ ਆਪਣਾ ਆਪਣਾ ਹੁਣ ਵਕੀਲ ਦਾ ਵੀ ਆਪਣਾ ਆਪਣਾ opinion ਆ ਕਿ ਕੋਰਟਸ ਦੇ ਵਿੱਚ ਕੀ ਚੱਲਦਾ ਸੋ ਸਾਡਾ ਜਿਹੜਾ experience ਉਹ ਇਹ ਰਿਹਾ ਕਿ ਜਿਹੜਾ ਜੱਜਾਂ ਦੀ ਕਈਆਂ ਦੀ ਰੇਟਿੰਗ ਵਧੀਆ ਤੇ ਕਈ ਜਿਹੜੇ ਹੈਗੇ ਉਹ ਕਾਫੀ ਸਟੈਂਡ ਲੈਂਦੇ ਆ ਇਮੀਗ੍ਰੈਂਟਸ ਲਈ ਕਹਿ ਲਓ ਜਿਹੜਾ ਤੇ ਫਾਰ ਐਗਜ਼ਾਮਪਲ ਉਹਨਾਂ ਨੂੰ ਜਦੋਂ ਤੁਸੀਂ ਕਹੋ ਕਿ ਪੀਡੀ ਪੀਡੀ ਦਾ ਮੁੱਦਾ ਆਉਂਦਾ ਤੇ ਤੁਸੀਂ ਆਬਜੈਕਟ ਕਰਦੇ ਕਿ ਨਹੀਂ ਪੀਡੀ ਨਹੀਂ ਚਾਹੀਦੀ ਕਲੈਂਟ ਥੇ ਰੈਡੀ ਆ ਲੜਨ ਲਈ ਤੇ ਉਹ ਦੋਨਾਂ ਦੀ ਗੱਲ ਸੁਣ ਕੇ ਸਰਕਾਰੀ ਵਕੀਲ ਦੀ ਤੇ ਕਈ ਵਾਰੀ ਉਹ ਕਹਿੰਦੇ ਆ ਕਿ ਨਹੀਂ ਆਪਾਂ ਹੁਣ ਰੈਡੀ ਆਪਾਂ ਕੇਸ ਸੁਣਨਾ ਤੇ ਕਈ ਜਿਹੜੇ ਜੱਜ ਆ ਉਹ ਤੁਸੀਂ ਉਹਨਾਂ ਨੂੰ ਕਹਿੰਨੇ ਆ ਕਿ ਨਹੀਂ ਕਲੈਂਟ ਨੂੰ 10 ਸਾਲ ਹੋ ਗਏ ਆ ਤੇ ਪੀੜੀ ਨਹੀਂ ਲੈਣਾ ਚਾਹੁੰਦਾ ਤੇ ਉਸ ਤੋਂ ਬਾਵਜੂਦ ਵੀ ਜਿਹੜਾ ਕਹਿੰਦਾ ਕਿ ਨਹੀਂ ਸਰਕਾਰੀ ਵਕੀਲ ਦੀ ਮਰਜ਼ੀ ਆ ਤੇ ਪੀੜੀ ਜੇ ਉਹ ਕਹਿੰਦੇ ਕਿ ਕੇਸ ਪ੍ਰੋਸੀਕਿਊਟ ਨਹੀਂ ਕਰਨਾ ਤੇ ਮੈਂ ਪੀੜੀ ਦੇ ਦੇਣੀ ਆ ਠੀਕ ਆ ਸੋ ਪਹਿਲਾਂ ਤਾਂ ਇਹ ਹੀ ਤੁਸੀਂ ਦੇਖ ਲਓ ਕਿ ਗੈਟ ਗੋ ਤੋਂ ਹੀ ਹੁਣ ਆਪਾਂ ਨੂੰ ਵੀ ਹੁਣ ਹੋਲੀ ਵਾਲੀ ਨਾ ਜੱਜਾਂ ਦਾ ਪਤਾ ਲੱਗਣਾ ਪੈਂਦਾ ਕਿ ਇਹਨੇ ਜ਼ਿਆਦਾਤਰ ਪੀੜੀ ਦੇਣੀ ਹੈ ਕਈ ਵਾਰੀ ਤੁਸੀਂ ਪ੍ਰੈਡਿਕਟ ਵੀ ਕਰ ਲੈਂਦੇ ਆ ਕਲਾਇੰਟ ਨੂੰ ਕਹਿ ਦਿੰਦੇ ਆ ਕਿ ਜ਼ਿਆਦਾਤਰ ਤੇਰੇ ਜ਼ਿਆਦਾ ਚਾਂਸ ਇਹੀ ਹੈਗਾ ਕਿ ਇਹਨੇ ਪੀੜੀ ਦੇਣੀ ਆ ਤੇ ਕਈ ਵਾਰੀ ਉਹ ਜਿਹੜੇ ਜੱਜਾਂ ਦੀ ਮੈਂ ਗੱਲ ਕਰਦਾ ਕਈ ਵਿੱਚ ਇਦਾਂ ਦੇ ਵੀ ਆ ਕਿ ਭਾਵੇਂ ਸਰਕਾਰੀ ਵਕੀਲ ਨੇ ਨਾਂ ਵੀ ਮੰਗੇ ਹੋਵੇ ਪੀੜੀ ਉਹ ਪੀੜੀ ਦੇ ਐਨਚ ਇੰਟਰਸਟਿਡ ਆ ਤੇ ਕਈ ਜੱਜ ਆਪਾਂ ਦੇਖਿਆ ਸੀ ਕਿ ਉਹਨਾਂ ਦੀ ਚੰਗੀ ਰੇਟਿੰਗ ਸੀਗੀ ਚੰਗਾ ਸੁਭਾਅ ਸੀਗਾ ਤੇ ਉਹ ਹੁਣ ਧੱਕੇ ਨਾਲ ਪੀੜੀ ਦੇ ਰਿਹਾ ਕਿਉਂਕਿ ਸ਼ਾਇਦ ਉਹਨਾਂ ਦਾ ਨਾ ਇਦਾਂ ਦਾ ਐਟੀਟਿਊਡ ਬਣ ਗਿਆ ਕਿ ਮੈਟਰ ਆਫ ਆਰ ਕੇ ਕੇ ਸੇਮ ਕਲਿੱਕ ਕੇਸੇ ਜਿਹੜੇ ਸੁਣ ਸੁਣ ਕੇ ਕਿ ਉਹ ਇਹਨਾਂ ਨੂੰ ਅਪਰੂਵ ਕਰਨ ਚ ਵਾਲੇ ਜਿਹੜੇ ਇੰਟਰਸਟਿਡ ਨਹੀਂ ਆ ਤੇ ਉਹ ਇਹ ਵੀ ਸੋਚ ਸਕਦੇ ਆ ਕਿ ਆਪਾਂ ਇਹਨਾਂ ਨੂੰ ਪੀੜੀ ਦੇ ਦੇਣੀ ਹੈ ਇਦਾਂ ਦੇ ਵੀ ਜੱਜ ਹੈਗੇ ਜਿਹੜੇ ਪਹਿਲਾਂ ਬਹੁਤ ਵਧੀਆ ਸੀ ਜਦੋਂ ਨਵੇਂ-ਨਵੇਂ ਆਏ ਸੀਗੇ ਤੇ ਹੁਣ ਉਹਨਾਂ ਨੇ ਉਹਨਾਂ ਨੂੰ ਹੁਣ ਜਿਹੜੇ ਕਈ ਸਿਮਿਲਰਿਟੀ ਆਫ ਕਲੇਮ ਕੇਸਸ ਦੇ ਵਿੱਚ ਪ੍ਰੋਬਲਮ ਜਿਹੜੀ ਕਾਫੀ ਹੋ ਰਹੀ ਹੈ ਹੂੰ ਸੋ ਮੈਟਰ ਆਫ ਆਰਕੇਕੇ ਨੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਜੱਜਸ ਆ ਜਾਂ ਕੋਰਟਸ ਆ ਉਹਨਾਂ ਦਾ ਰਵਈਆ ਕਾਫੀ ਬਦਲਿਆ ਹੈ ਈਵਨ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਥੋੜੇ ਲੀਨੀਐਂਟ ਵਾਲੇ ਪਾਸੇ ਜਿਹੜੇ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਵੀ ਆ ਉਹਨਾਂ ਦਾ ਵੀ ਰਵਈਆ ਬਦਲ ਰਿਹਾ ਹੈ ਜਿਹੜੇ ਹਾਂਜੀ ਹੁਣ ਕਈਆਂ ਦਾ ਤਾਂ ਐਦਾਂ ਕੀ ਐਨ ਹੁਣ ਤੁਸੀਂ ਪਹਿਲਾਂ ਸੀਗਾ ਨਾ ਕਿ ਮਾੜਾ ਜ ਚੰਗਾ ਜ ਜੱਜ ਉਹਨੀ ਕੈਟਾਗਰੀ ਚ ਪਾਨੇ ਸੀਗੇ ਹੁਣ ਐਗਾ ਕਿ ਮਾੜਾ ਜੱਜ ਚੰਗਾ ਜੱਜ ਤੇ ਹੈਗਾ ਹੀ ਆ ਮਾੜਾ ਜੱਜ ਉਹਨੂੰ ਲੋਕੀ ਕਹਿੰਦੇ ਜਿਹਨੇ ਅਪਰੂਵਲ ਰੇਟਿੰਗ ਬਹੁਤ ਘੱਟ ਆ ਜਾਂ ਸਾਰਾ ਸੁਣ ਕੇ ਵੀ ਕੇਸ ਜਿਹੜਾ ਪਾਸ ਨਹੀਂ ਕਰਨਾ ਠੀਕ ਹੈ ਹੂੰ ਸਿੱਸੀ ਗੱਲਾਂ ਦੀ ਰਿਜੈਕਟ ਕਰ ਦੇਣਾ ਕੋਈ ਨਾ ਕੋਈ ਮਾਨ ਲੱਭ ਕੇ ਰਿਜੈਕਟ ਕਰ ਦੇਣਾ ਠੀਕ ਹੈ ਤੇ ਹੁਣ ਜਿਹੜੇ ਚੰਗੇ ਜੱਜ ਆਉਣਾਂ ਨੂੰ ਤੁਸੀਂ ਵੱਖ-ਵੱਖ ਕੈਟਾਗਰੀ ਚ ਡਿਵਾਈਡ ਕਰ ਸਕਦੇ ਆ ਇੱਕ ਹੈਗਾ ਜਿਹੜੇ ਬਹੁਤ ਚੰਗੇ ਜਿਹੜਾ ਨੇ ਫੇਅਰ ਰਹਿਣਾ ਸਾਰਾ ਤੁਹਾਡਾ ਸੁਣਾ ਤੇ ਜੇ ਕੋਈ ਗੜਬੜ ਹੋਈ ਆ ਤਾਂ ਕੇਸ ਦੇ ਨਾਈ ਕਰਨਾ ਤੁਹਾਨੂੰ ਇੱਕ ਨਿਊਟਰਲ ਨਿਊਟਰਲ ਹੂੰ ਹੂੰ ਟੈਲਿੰਗਲ ਤੇ ਬੋਲਦੇ ਹਾਂ ਜੀ ਯੂਟੀ ਪਲੇਟਫਾਰਮ ਤੁਹਾਨੂੰ ਜਿਹੜਾ ਦੇਣਾ ਤੇ ਉਹ ਜੱਜ ਤਾਂ ਹੁਣ ਆਬਵੀਅਸਲੀ ਉਹਨਾਂ ਦਾ ਇਦਾਂ ਕੀ ਬੰਦਾ ਕਹਿ ਸਕਦਾ ਕਿ ਯਾਰ ਇਹਦਾ ਇਹ ਤੇ ਤਾਂ ਕੇਸ ਆਪਣਾ ਪਾਸ ਹੀ ਆ ਅਨਲੈਸ ਜੇ ਬੰਦਾ ਆਪ ਗੜਬੜ ਨਾ ਕਰੇ ਕਰੇ ਹੂੰ ਹੂੰ ਤੇ ਇਹਨਾਂ ਦੇ ਜਿਹੜੇ ਜੱਜ ਵੀ ਜਿਹੜੇ ਹੈਗੇ ਆ ਤੇ ਹੁਣ ਉਹੀ ਜੇ ਵਧੀਆ ਜੱਜਾਂ ਦੇ ਵਿੱਚੋਂ ਦੀ ਆਪ ਆਈਏ ਤਾਂ ਕਈਆਂ ਦਾ ਇਦਾਂ ਸੀਗਾ ਕਿ ਪਹਿਲਾਂ ਜਦੋਂ ਨਵੇਂ ਆਏ ਸੀਗੇ ਉਹਨਾਂ ਨੇ ਸ਼ਾਇਦ ਸੁਣੇ ਨਹੀਂ ਸੀਗੇ ਇਹ ਵਾਲੇ ਕੇਸ ਪੋਲਿਟੀਕਲ ਪਾਰਟੀ ਵਾਲੇ ਉਹਨਾਂ ਨੂੰ ਪਤਾ ਨਹੀਂ ਸੀਗਾ ਤੇ ਕਾਫੀ ਉਹਨਾਂ ਦੀ ਵਧੀਆ ਅਪਰੂਵਲ ਰੇਟਿੰਗ ਹੁੰਦੀ ਸੀ ਕਿਉਂਕਿ ਔਨ ਇਟਸ ਫੇਸ ਤਾਂ ਕੇਸ ਜਿਹੜੇ ਆ ਉਹ ਸਟਰੋਂਗ ਹੁੰਦੇ ਹੀ ਆ ਕਿਉਂਕਿ ਪੋਲਿਟੀਕਲ opinion ਰਿਲੀਜੀਅਸ opinion ਪਰ ਜਦੋਂ ਉਹ ਸੁਣਦੇ ਰਹੇ ਕਿ ਸੇਮ ਫੈਕਟ ਪੈਟਰਨ ਕੀ ਘੁੱਟ ਪਈ ਸੀਗੀ ਰੌਲਾਪਾਤ ਤਾਂ ਲੋਕਾਂ ਨੇ ਵਜਾਲਿਆ ਜਿਹੜੀ ਆ ਚੀਜ਼ ਆ ਤੇ ਫਿਰ ਮੈਂ ਰਿਸ਼ਤੇਦਾਰਾਂ ਦੇ ਲੋਕੇ ਰਹਿਣ ਲੱਪਿਆ ਤੇ ਇਹਦੇ ਵਿੱਚ ਉਹਨਾਂ ਨੂੰ ਹੁਣ ਕਾਫੀ ਪ੍ਰੋਬਲਮਾਂ ਲੱਪੀ ਆ ਹੁਣ ਆਪਾਂ ਜੇ ਗੱਲ ਕਰਾਂਗੇ ਅੱਗੇ ਡਾਕੂਮੈਂਟਸ ਵਗੈਰਾ ਦੀ ਕਿ ਕਿਉਂ ਪ੍ਰੋਬਲਮ ਜਿਹੜੀਆਂ ਆਂਦੀਆਂ ਤੇ ਇਹ ਜਿਹੜੇ ਜੱਜ ਸੀਗੇ ਹੁਣ ਇਹਨਾਂ ਦੇ ਵਿੱਚੋਂ ਦੀ ਕਈ ਤਾਂ ਹੁਣ ਨਹੀਂ ਸੁਣਦੇ ਗੱਲ ਕਈ ਪੀਡੀ ਜਿਹੜੀ ਦੇ ਦਿੰਦੇ ਆ ਤੇ ਕਈਆਂ ਦਾ ਹੁਣ 50 50 ਤੇ ਰਹਿੰਦਾ ਕਿ ਜੇ ਅਪਰੂਵ ਵੀ ਕਰਦੇ ਆ ਤਾਂ ਨਾਲ ਤਾਨਾ ਲਾਉਂਦੇ ਆ ਕਿ ਮੈਂ ਅਪਰੂਵ ਨਹੀਂ ਕਰਨਾ ਸੀ ਮੈਨੂੰ ਬਲੀਵ ਨਹੀਂ ਕੇਸਾਂ ਤੇ ਪਰ ਮੇਰੀ ਮਜਬੂਰੀ ਹੈ ਮੈਨੂੰ ਕਰਨਾ ਪੈ ਰਿਹਾ ਐਦਾਂ ਦੇ ਵੀ ਬੜੇ ਕੇਸ ਜਿਹੜੇ ਆ ਸਾਹਮਣੇ ਆਏ ਆ ਸੋ ਬਿਲਕੁਲ ਸੋ ਫਰਕ ਜਿਹੜਾ ਇਸ ਦੇ ਵਿੱਚ ਪੈ ਰਿਹਾ ਹੁਣ ਜਦੋਂ ਤੁਸੀਂ ਪੀਡੀ ਦੀ ਗੱਲ ਕੀਤੀ ਸੀ ਆਪਾਂ ਲਾਸਟ ਟਾਈਮ ਵੀ ਇਹ ਗੱਲ ਕੀਤੀ ਸੀ ਜਿਹੜਾ ਯੂਐਸਸੀ ਇਸ ਤੇ ਜਿਹੜੀਆਂ ਨਵੀਆਂ ਇਨਸਟਰਕਸ਼ਨਸ ਆ ਅਸਾਈਲਮ ਫਾਈਲ ਕਰਨ ਨੂੰ ਲੈ ਕੇ ਅਪਲੀਕੇਸ਼ਨ ਦੇ ਲਈ ਜੇ ਤੁਸੀਂ ਥੋੜਾ ਜਿਹਾ ਇੱਕ ਵਾਰੀ ਫੇਰ ਉਸ ਨੂੰ ਦੁਹਰਾ ਦਿਓ ਥੋੜਾ ਚਾਹੇ ਸਮਰਾਈਜ਼ ਕਰਕੇ ਵੀ ਉਹ ਉਹ ਕਿਦਾਂ ਸੀ ਕੀ ਉਸ ਦੇ ਵਿੱਚ ਜਿਹੜਾ ਹੁਣ ਫਰਕ ਪੈਣਾ ਆ ਜਿਹੜਾ ਟਰਮੀਨੇਸ਼ਨ ਆਫ ਰਿਮੂਵਲ ਪ੍ਰोसीडिंग ਤੇ ایਓ ਆਈਆਰ ਡਿਸਮਿਸल्स ਉਸ ਨੂੰ ਲੈ ਕੇ ਜਿਹੜਾ USCIS ਉਹਨਾਂ ਨੇ ਇਹ ਕਿਹਾ ਕਿ ਜਿਹੜੇ ਆਹ ਕੇਸ ਡਿਸਮਿਸ ਹੁੰਦੇ ਹੁਣ ਸਾਲਮ ਇਮੀਗ੍ਰੇਸ਼ਨ ਕੋਰਟ ਦੇ ਵਿੱਚੋਂ ਦੀ ਤੁਸੀਂ ਜਦੋਂ ਸਾਡੇ ਕੋਲ ਦੁਬਾਰਾ ਸਾਲਮ ਫਾਈਲ ਕਰਦੇ ਆਂ ਤਾਂ ਤੁਸੀਂ ਜਿਹੜਾ ਤੁਹਾਡੀ ਲੋਜ ਐਪਲੀਕੇਸ਼ਨ ਆ ਕੀ ਜਿਹਦੇ ਉੱਤੇ ਪ੍ਰੂਫ ਲਿਖਿਆ ਹੋਇਆ ਕਿ ਐਨੀ ਤਰੀਕ ਨੂੰ ਇਮੀਗ੍ਰੇਸ਼ਨ ਕੋਰਟ ਚ ਫਾਈਲ ਕੀਤਾ ਸੀਗਾ ਉੱਤੇ ਸਟੈਂਪ ਲੱਗੀ ਹੁੰਦੀ ਡੇਟ ਸਟੈਂਪ ਸੋ ਕਹਿੰਦੇ ਕਿ ਉਹ ਜਿਹੜੀ ਡੇਟ ਸਟੈਂਪ ਤੇ ਨਾਲ ਟਰਮੀਨੇਸ਼ਨ ਦਾ ਨੋਟਿਸ ਤੁਸੀਂ ਜਿਹੜਾ ਜ਼ਰੂਰ ਲਾਣਾ ਤੇ ਉਹ ਜਦੋਂ ਤੁਸੀਂ ਨੋਟਿਸ ਲਗਾਣੇ ਆ ਉਹਦੇ ਨਾਲ ਤੁਹਾਡੀ ਜਿਹੜੀ ਸਲਮਾਫਿਸ਼ ਫਿਰ ਦੁਬਾਰਾ ਤੋਂ ਨਹੀਂ ਜਿਹੜੀ ਰੇਸ ਸ਼ੁਰੂ ਨਹੀਂ ਤੁਹਾਨੂੰ ਉਹੀ ਵਾਲੀ ਡੇਟ ਜਿਹੜੀ ਫਾਈਲਿੰਗ ਡੇਟ ਆ ਉਹੀ ਵਾਲੀ ਆਪਾਂ ਦੇ ਦੇਣੀ ਆ ਤੇ ਜਿਹੜੇ ਵਰਕ ਪਰਮਿਟ ਵਗੈਰਾ ਦੀ ਕਲੌਕ ਵਗੈਰਾ ਹੁੰਦੀ ਆ ਉਹ ਵੀ ਉਹਦੇ ਹਿਸਾਬ ਨਾਲ ਹੀ ਪੁਰਾਣੇ ਦੀ ਚੱਲਦੀ ਰਹਿਣੀ ਆ ਸੋ ਤੁਹਾਨੂੰ ਨਵਾਂ ਜਿਹੜਾ ਉਹ ਫਾਈਲ ਕਰਨ ਦੀ ਲੋੜ ਨਹੀਂ ਪੈਣੀ ਠੀਕ ਹੈ ਠੀਕ ਹੈ ਸੋ ਸੋ ਇਹ ਥੋੜੀਆਂ ਜਿਹੜੀਆਂ ਚੇਂਜੇਸ ਆ ਤੇ ਜਿਦਾਂ ਤੁਸੀਂ ਕਿਹਾ ਵੀ ਉਹ ਪਿਛਲੀਆਂ ਕੁਝ ਚੀਜ਼ਾਂ ਵੀ ਜਿਹੜੀਆਂ ਉਹਨਾਂ ਨੇ 589 ਵਗੈਰਾ ਤੇ ਉਹ ਸਾਰੀਆਂ ਚੀਜ਼ਾਂ ਉਹ ਉਹ ਉਹਦੇ ਵਿੱਚ ਉਹ ਉਹਨਾਂ ਨੇ ਦੁਬਾਰਾ ਉਦਾਂ ਹੀ ਦੇਖਣੀ ਆ ਉਹਨਾਂ ਨੂੰ ਅਪਡੇਟ ਕਰਨਾ ਪੈਣਾ ਹੁਣ ਕਈਆਂ ਦੇ ਐਡਰੈਸ ਵਗੈਰਾ ਜਿਹੜੀ ਚੇਂਜ ਹੋ ਜਾਂਦੇ ਆ ਹੂੰ ਸਾਰੀ ਕਈ ਵਾਰੀ ਕਿਸੇ ਨਾ ਹੋਰ ਫੈਮਿਲੀ ਨੂੰ ਥ੍ਰੈਟ ਹੁੰਦੇ ਆ ਉਹਨਾਂ ਦੀ ਨਵੀਂ ਇਨਫੋਰਮੇਸ਼ਨ ਐਡ ਹੋ ਜਾਂਦੀ ਹੈ ਹਨਾ ਸੋ ਜੋ ਵੀ ਲੇਟੈਸਟ ਅਪਡੇਟ ਹੈਗਾ ਉਹਦੇ ਨਾਲ ਉਹ ਕਹਿੰਦੇ ਸਬਮਿਟ ਕਰਨਾ ਠੀਕ ਹੈ ਹੁਣ ਜਿੱਦਾਂ ਤੁਸੀਂ ਦੱਸ ਰਹੇ ਸੀ ਬੈਕ ਟੂ ਜਿਹੜਾ ਕੋਰਟ ਰੂਮਸ ਦੇ ਉੱਤੇ ਜੇ ਆਪਾਂ ਆਈਏ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਉਹ ਵਾਲੇ ਜੱਜ ਜਿਹੜੇ ਤੁਹਾਡੇ ਲੀਨਿਅੰਟ ਸੀ ਉਹ ਥੋੜਾ ਜਿਹਾ ਉਹ ਸੇਮ ਫੈਕਟ ਪੈਟਰਨ ਸੁਣ ਕੇ ਤਾਂ ਉਹ ਜਿਹੜਾ ਉਹ ਕਰ ਰਹੇ ਆ ਸਵਿਕ ਆਲਰੇਡੀ ਕਹਿ ਸਕਦੇ ਆਂ ਵੀ ਜਿਹੜਾ ਬੰਦਾ ਹੈਗਾ ਆ ਸਾਈਲੀ ਆ ਜਿਹੜਾ ਸੀਕ ਕਰ ਰਿਹਾ ਹੈ ਸਾਇਲਮ ਸੀਕ ਕਰ ਰਿਹਾ ਆ ਉਹਦੇ ਅਗੇਂਸਟ ਕਾਈਂਡ ਆਫ ਭਾਰ ਪੈ ਜਾਂਦਾ ਆ ਸੋ ਉਹਨੂੰ ਕੋਰਟ ਰੂਮ ਦੇ ਵਿੱਚ ਜਾਂ ਹੋਰ ਕਿਹੜੀਆਂ ਚੀਜ਼ਾਂ ਆਪਣੇ ਵਿੱਚ ਉਹ ਐਡ ਕਰ ਸਕਦਾ ਆ ਜਾਂ ਉਹਨੂੰ ਹੋਰ ਬੈਟਰ ਜਾਂ ਸ਼ਾਰਪ ਕਰ ਸਕਦਾ ਆ ਜਿਹਦੇ ਨਾਲ ਉਹਦਾ ਕੇਸ ਹੋਰ ਪ੍ਰਭਾਵਸ਼ਾਲੀ ਹੋਵੇ ਆ ਤਾਂ ਜੋ ਜਿਹੜੇ ਜੱਜਿਸ ਆ ਉਹਨਾਂ ਨੂੰ ਇਹ ਭਰੋਸਾ ਦਿਵਾਉਣ ਦੇ ਵਿੱਚ ਉਹ ਕਾਮਯਾਬ ਹੋਵੇ ਵੀ ਨਹੀਂ ਮੇਰੇ ਨਾਲ ਮੈਨੂੰ ਵਾਕਿਆ ਹੀ ਖਤਰਾ ਰਿਹਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਤਰਾ ਆ ਉਹ ਕਿਹੜੀਆਂ ਚੀਜ਼ਾਂ ਦੇ ਉੱਤੇ ਉਹਨੂੰ ਵਰਕਆਊਟ ਜ਼ਿਆਦਾ ਕਰਨਾ ਚਾਹੀਦਾ ਹੈ ਫਿਰ ਜੀ ਬਿਲਕੁਲ ਸੋ ਪਹਿਲਾਂ ਤਾਂ ਭਾਜੀ ਹੁਣ ਆਪਾਂ ਨਾ ਜਿੱਦਾਂ ਨਾਲ ਸੋਸ਼ਲ ਮੀਡੀਆ ਵੀ ਚੱਲਦਾ ਇੱਥੇ ਵੀ ਲੋਕੀ ਕਮੈਂਟ ਦਿੰਦੇ ਆ ਹਮ ਹਮ ਕੇਸ ਕੇਸ ਪਾਸ ਹੋ ਗਿਆ ਕਿਸੇ ਹੋਰ ਵਕੀਲ ਕੋਲ ਨੇ ਕੀ ਸੁਣਦੇ ਸੀ ਕਾਫੀ ਇਨਫੋਰਮੇਸ਼ਨ ਮਿਲੀ ਕੱਲ ਵੀ ਬਾਈ ਨਾਲ ਇੱਕ ਨਾ ਕੰਸਲਟੇਸ਼ਨ ਕਰਦੇ ਪਏ ਸੀ ਉਹਦਾ ਕੇਸ ਅਜੇ ਆਣਾ ਵਾ ਠੀਕ ਹੈ ਕਹਿੰਦਾ ਆਪਣਾ ਕਹਿੰਦਾ ਮੈਂ ਤੁਹਾਨੂੰ ਕੇਸ ਦੇਣਾ ਜਾਂ ਨਹੀਂ ਦੇਣਾ ਅਲੱਗ ਗੱਲ ਆ ਪਰ ਕਹਿੰਦਾ ਜਿਹੜਾ ਆਪਣਾ ਆ ਤੁਹਾਡੇ 3-4 ਐਪੀਸੋਡ ਆਪਣੇ ਪਿਛਲੇ ਸਾਲਾਂ ਦੇ ਰਿਲੇਟਡ ਕਹਿੰਦਾ YouTube ਤੇ ਕਹਿੰਦਾ ਮੈਂ ਸੇਵ ਕਰਕੇ ਰੱਖਿਆ ਕਹਿੰਦਾ ਕਿ ਜਿਹੜੀ ਡਿਟੇਲ ਚ ਡਿਸਕਸ਼ਨ ਚੱਲਦੀ ਆ ਕਿ ਮੁੱਦੇ ਕੀ ਆ ਕੋਰਟ ਰੂਮ ਦੇ ਹਿਸਾਬ ਤਾ ਵਾ ਤੇ ਉਹ ਜਿਹੜੇ ਕਮੈਂਟ ਆ ਧੰਨਵਾਦ ਸਾਰਿਆਂ ਨੂੰ ਤੇ ਉਹ ਉਹ ਬਾਈ ਕਹਿੰਦਾ ਪੰਜਾਬੀ ਰੇਡੀਓ ਦਾ YouTube ਦਾ ਕਹਿੰਦਾ ਮੈਂ ਸੇਵ ਕਰਕੇ ਰੱਖਿਆ ਕਿ ਮੈਂ ਕਹਾਂ ਚੱਲ ਜਦ ਤਨ ਉਹਦੇ ਜਾਣਾ ਤੋਂ ਦੋ ਤਿੰਨ ਦਿਨ ਪਹਿਲਾਂ ਕਹਿੰਦਾ ਮੈਂ ਸੁਣ ਕੇ ਜਾਊਂਗਾ ਕਿ ਕੀ ਆ ਕਿੱਦਾਂ ਹੈ ਨਾ ਹੂੰ 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 ਤੇ ਇਹ ਆ ਹੁਣ ਕੀ ਇਹ ਅ ਐਕਸਪੀਰੀਅੰਸ ਹੀ ਕਹ ਲਓ ਆਪਣਾ ਜਿਹੜਾ ਸਾਂਝਾ ਉਹ ਕਰ ਰਹੇ ਆ ਬਿਲਕੁਲ ਕੀ ਕਿਤੇ ਤੇ ਹੁਣ ਜਿਹੜਾ ਸਵਾਲ ਸੀਗਾ ਤੁਹਾਡਾ ਕੀ ਕੋਰਟ ਰੂਮ ਦੇ ਵਿੱਚ ਮਾਹੌਲ ਕਿਹੋ ਜਿਹਾ ਦੁਬਾਰਾ ਪੁੱਛੋਗੇ ਇੱਕ ਵਾਰੀ ਬਿਲਕੁਲ ਉਹੀ ਵੀ ਜਿਹਦਾ ਹੁਣ ਕੋਰਟ ਰੂਮ ਦੇ ਵਿੱਚ ਮਾਹੌਲ ਬਦਲ ਰਿਹਾ ਆ ਅਸਾਈਲੀ ਦੇ ਉਲਟ ਕਾਈਂਡ ਆਫ ਪਾਰ ਪੈ ਰਿਹਾ ਜਿਹਦਾ ਮੈਟਰ ਆਫ ਆਰ ਕੇ ਕੇ ਵੀ ਆ ਰੈਪੀਟੀਸ਼ਨ ਫੈਕਟਸ ਆ ਸਾਰਾ ਕੁਝ ਸੋ ਜਿਹੜਾ ਸਾਈਲਮ ਸਪੀਕਰ ਆ ਉਹ ਆਪਣੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਉਹ ਸ਼ਾਰਪ ਕਰ ਸਕਦਾ ਹੈ ਕਿੱਥੇ ਉਹ ਜ਼ਿਆਦਾ ਧਿਆਨ ਦੇਵੇ ਤਾਂ ਜੋ ਉਹ ਬਾਕੀਆਂ ਦੇ ਨਾਲੋਂ ਜੱਜ ਨੂੰ ਜਿਹੜਾ ਉਹ ਲੱਗੇ ਵੀ ਇਹਦਾ ਕੇਸ ਦੇ ਵਿੱਚ ਇਹਨੂੰ ਵਾਕਿਆں ਪ੍ਰੋਬਲਮ ਆ ਇੱਥੇ ਹੁਣ ਵੀ ਖਤਰਾ ਹੈ ਤੇ ਜੇ ਉਹ ਵਾਪਸ ਜਾਊਗਾ ਤਾਂ ਵੀ ਉਹਨੂੰ ਖਤਰਾ ਆ ਕਿਹੜੀਆਂ ਚੀਜ਼ਾਂ ਦਾ ਚਾਹੇ ਉਹ ਡਮੀਨਰ ਕਪੜੇ ਆ ਇਥੇ ਦਾ ਕੰਮ ਕਰ ਰਿਹਾ ਆ ਕਿੱਥੇ ਕਿੱਥੇ ਜਾ ਰਿਹਾ ਆ ਉਹ ਸਾਰੀਆਂ ਚੀਜ਼ਾਂ ਦਾ ਜੇ ਤੁਸੀਂ ਐਕਸਪਲੇਨ ਕਰੋ ਵੀ ਉਹ ਕਿੱਥੇ ਆਪਣੇ ਆਪ ਨੂੰ ਹੋਰ ਸ਼ਾਰਪ ਕਰ ਸਕਦਾ ਉਹ ਕਿਤੇ ਕਿਤੇ ਫੋਕਸ ਕਰੇ ਉਹ ਜ਼ਿਆਦਾ ਡਿਮਿਨਰ ਹੁੰਦਾ ਕਿ ਬੰਦੇ ਦਾ ਜਿਹੜਾ ਕਿਦਾਂ ਰਵਈਆ ਉਹਦਾ ਹੋਣਾ ਚਾਹੀਦਾ ਸੋ ਆਬਵੀਅਸਲੀ ਨਰਮ ਸੁਭਾਅ ਹੋਣਾ ਚਾਹੀਦਾ ਆਕੜ ਤਾਂ ਕਰ ਨਹੀਂ ਸਕਦੇ ਇਹ ਜੱਜ ਹੈਗੇ ਆ ਰਫੀਜ ਜੀ ਤੁਸੀਂ ਐਸ ਆਏ ਆ ਤੇ ਹੰਬਲ ਹੋ ਕੇ ਜਿਹੜਾ ਹੱਥ ਜੋੜ ਕੇ ਤੁਹਾਡੀ ਅਰਦਾਸ ਹੈ ਨਾ ਤੇ सिंपल एज़ दैट हैना जज ਜਿਹੜਾ ਹੈਗਾ ਤੁਸੀਂ ਕਹਿੰਦੇ ਆ ਕਿ ਕੁਆਲਿਟੀ ਆ ਸਾਰੇ ਬੰਦੇ ਇਕੁਅਲ ਹੁੰਦੇ ਆ ਪਰ ਇਸ ਕੇਸ ਦੇ ਵਿੱਚ ਉਹਨਾਂ ਨੂੰ ਪੋਜੀਸ਼ਨ ਆਫ ਪਾਵਰ ਦਿੱਤੀ ਹੋਈ ਹੈ ਉਹਨਾਂ ਨੂੰ ਅਥਾਰਟੀ ਆ ਕਲਮ ਚਲਾ ਕੇ ਆਪਣੇ ਸਿਗਨੇਚਰ ਮਾਰ ਕੇ ਤੁਹਾਡੀ ਜਿਹੜੀ ਜ਼ਿੰਦਗੀ ਉਹ ਚੇਂਜ ਕਰ ਸਕਦੇ ਆ ਹੈਨਾ ਤੇ ਜੱਜਾਂ ਦੇ ਆਪਣੇ ਆਪਣੇ ਰਵਈਏ ਆ ਉਹਨਾਂ ਦੇ ਆਪਣੇ ਆਪਣੇ ਲਾਈਫ ਫੈਕਟਰਸ ਆ ਤੇ ਉਹ ਸਾਰੇ ਨੂੰ ਜੇ ਤੁਸੀਂ ਸਮਰਾਈਜ਼ ਜੇ ਆਪਾਂ ਕਰਨਾ ਹੋਵੇ ਤਾਂ ਇਹ ਹੈ ਕਿ ਹੰਬਲ ਰੋ ਜਦੋਂ ਕੋਰਟ ਦੇ ਵਿੱਚ ਜਾਓ ਤਾਂ ਸਾਹਮਣੇ ਅੱਖਾਂ ਚ ਅੱਖਾਂ ਪਾ ਕੇ ਜੱਜ ਨਾਲ ਗੱਲ ਕਰੋ ਜੇ ਕੰਪਿਊਟਰ ਮੋਰੇ ਆ ਤਾਂ ਸਕਰੀਨ ਵੱਲ ਵੇਖੋ ਇੱਧਰ ਉੱਧਰ ਨਹੀਂ ਦੇਖਣਾ ਥੱਲੇ ਨਹੀਂ ਵੇਖਣਾ ਤੇ ਕਈ ਵਾਰੀ ਆਪਾਂ ਦੇਖਦੇ ਆ ਕਿ ਬੰਦੇ ਆਪਣੇ ਜਦੋਂ ਹੱਥ ਇੱਕ ਜਦੋਂ ਇੱਕ ਹੱਥ ਦੂਜੇ ਹੱਥ ਨਾਲ ਆਪਣਾ ਕੁਝ ਨਾ ਕੁਝ ਕਰੀ ਜਾਂਦੇ ਹਨ ਹਲਾਈ ਜਾਂਦੇ ਸੋ ਇਦਾਂ ਕਿ ਕੰਮ ਡਾਊਨ ਹੋ ਕੇ ਬੈਣਾ ਨਰਵਸ ਯਾਨੀ ਉੱਥੇ ਲੱਗਣਾ ਕਿਦਾਂ ਤੇ ਸਿੰਪਲ ਜਿਦਾ ਹੱਥ ਆਰਾਮ ਨਾਲ ਟੇਬਲ ਤੇ ਰੱਖ ਕੇ ਸਟੇਟ ਜਿੱਦਾਂ ਕਾਮ ਲਈ ਜਿਹੜੀ ਆਪਣੀ ਇੰਟਰਵਿਊ ਦੇਣੀ ਆ ਹੂੰ ਤੇ ਇੱਕ ਹੋ ਕਹਿੰਦੇ ਆ ਵੇਜ਼ੇਬਲ ਰਿਸਪੌਂਸਿਵ ਆ ਇਰਿਸਪੌਂਸਿਵ ਆ ਤੇ ਰਿਸਪੌਂਸਿਵਨੈਸ ਤੇ ਵੇਜ਼ੇਬਲਨੈਸ ਇਹ ਆ ਕਿ ਜਦੋਂ ਤੁਹਾਨੂੰ ਕੋਈ ਸਵਾਲ ਪੁੱਛਿਆ ਤੁਸੀਂ ਸਵਾਲ ਦਾ ਜਵਾਬ ਦੇਣਾ ਜਦੋਂ ਉਹਨਾਂ ਨੇ ਪੁੱਛਿਆ ਕਿ ਤੂੰ ਗਿਆ ਸੀ ਕਿ ਨਹੀਂ ਗਿਆ ਸੀਗਾ ਹੁਣ ਉਹਦਾ ਆਨਸਰ ਹੁਣ ਚਾਹੀਦਾ ਹਾਂ ਜਾਂ ਨਾ ਤੇ ਫਿਰ ਉਹ ਅੱਗੇ ਬੰਦਾ ਆਪਣੀ ਐਕਸਪਲੇਨੇਸ਼ਨ ਦੇ ਸਕਦਾ ਇਵੇਸਿਵ ਦਾ ਮਤਲਬ ਹੁੰਦਾ ਕਿ ਬੰਦਾ ਉਹਦੇ ਹਾਂ ਜਾਂ ਨਾ ਕੀਤੇ ਤੋਂ ਬਿਨਾ ਨਾ ਬੰਦਾ ਕਵੇ ਬੰਦਾ ਇਦਾਂ ਕਰੇ ਕਿ ਮੈਨੂੰ ਸਵਾਲ ਗਲਤ ਪੁੱਛ ਲਿਆ ਮੈਂ ਆਪਣੇ ਹਿਸਾਬ ਨਾਲ ਜਵਾਬ ਦੇਣਾ ਠੀਕ ਹੈ ਸੋ ਇਦਾਂ ਬਹੁਤ ਕੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਦੋਂ ਉਹਨਾਂ ਨੂੰ ਕੋਈ ਸਵਾਲ ਪੁੱਛਿਆ ਉਹਨਾਂ ਨੇ ਕਹਿਣਾ ਕਿ ਚੱਲ ਮੈਂ ਆਪਣੇ ਹਿਸਾਬ ਨਾਲ ਨਾ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਜੱਜ ਕਹਿੰਦਾ ਕਿ ਇਹ ਇਵੇਸਿਵ ਅਜਾ ਜੇ ਕਦੀ ਆ ਰਹੀ ਕਹਿੰਦਾ ਫਿਰ ਹਟ ਦਿੰਦਾ ਹਨਾ ਉਹ ਫਿਰ ਤੁਹਾਡੇ ਅਗੇਂਸਟ ਜਿਹੜੀ ਚੀਜ਼ ਚਲ ਜਾਂਦੀ ਹੈ ਰੈਕੋਰਡ 'ਚ ਤੁਹਾਡੇ ਅਗੇਂਸਟ ਚਲ ਜਾਂਦੀ ਹੈ ਤੁਹਾਨੂੰ ਸ਼ਾਇਦ ਉੱਥੇ ਨਹੀਂ ਸਮਝ ਲੱਗਣੀ ਜੇ ਕੇਸ ਦਾ ਡਿਨਾਈ ਹੋ ਤੇ ਉਹਦੇ ਵਿੱਚ ਉਹ ਜੱਜ ਪਾ ਕੇ ਦਿੰਦਾ ਕਿ ਇਹਦਾ ਆਹੋਲੀ ਜਗ੍ਹਾ ਤੇ ਜਿਹੜਾ ਜਵਾਬ ਸੀਗਾ ਅਵੇਜਿਵ ਸੀਗਾ ਕਿ ਇਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਸਵਾਲ ਦਾ ਮੇਰਾ ਜਵਾਬ ਨਹੀਂ ਦੇ ਰਿਹਾ ਸੀਗਾ ਹਨਾ ਤੇ ਮੈਂ ਹੁਣ ਜਿਹੜਾ ਪੁੱਛਾਂ ਕਿ ਤੇ ਆਖਰੀ ਵਾਰੀ ਤਰੇ ਕਰੇ ਕਦੋਂ ਗਏ ਉਹਨੇ ਕੋਈ ਡੇਟ ਦੱਸੀ ਮੈਂ ਪੁੱਛਾਂ ਤੋਂ ਪਹਿਲਾਂ ਕਦੋਂ ਗਏ ਜਾਂ ਤਾਂ ਉਹਦਾ ਜਵਾਬ ਹੈ ਕਿ ਇੰਨੀ ਤਰੀਕ ਨੂੰ ਗਏ ਜਾਂ ਉਹਦਾ ਜਵਾਬ ਹੈ ਮੈਨੂੰ ਪਤਾ ਨਹੀਂ ਹੁਣ ਬੰਦਾ ਉਹਨੂੰ ਗੋਲਮੋਲ ਕਰੀ ਜਾਵੇ ਕਿ ਨਹੀਂ ਦੋ ਤਿੰਨ ਵਾਰੀ ਜਾਂਦੇ ਆ ਦੋ ਤਿੰਨ ਵਾਰੀ ਜਾਂਦੇ ਆ ਹਨਾ ਤੇ ਜੱਜ ਨੇ ਕਹਣਾ ਤੂੰ ਵੇਜਿਵ ਖਾਉਂਦੇ ਆ ਤੇ ਦੂਸਰੀ ਗੱਲ ਆ ਜਿਹੜਾ ਬੋਲਣ ਦਾ ਤਰੀਕਾ ਬੰਦੇ ਦਾ ਉਹ ਜਿਹੜੀ ਮੇਨ ਚੀਜ਼ ਆ ਕਈ ਵਾਰੀ ਬੰਦੇ ਦੀ ਕਿਸਮਤ ਚੰਗੀ ਹੁੰਦੀ ਆ ਇੰਟਰਪ੍ਰੀਟਰ ਵੀ ਜਿਹੜੇ ਵਿੱਚ ਆਂਦੇ ਆ ਕਈ ਵਾਰੀ ਬਹੁਤ ਵਧੀਆ ਆਂਦੇ ਆ ਸਾਨੂੰ ਪਤਾ ਕਿ ਪੂਰਾ ਉਹਨਾਂ ਨੇ ਮੋਸ਼ਨ ਪਾ ਕੇ ਹਰ ਇੱਕ ਚੀਜ਼ ਜਿਹੜੀ ਦੱਸਣੀ ਆ ਤੇ ਆਪਣੇ ਕਈ ਵਾਰੀ ਇੰਟਰਪ੍ਰੀਟਰ ਹੁੰਦੇ ਕਾਪੀ ਲੈ ਕੇ ਆਂਦੇ ਤੁਸੀਂ ਉਹਨਾਂ ਨੂੰ 5-6 ਲਾਈਨਾਂ ਵੀ ਇਕੱਠੀਆਂ ਦੱਸਦੇ ਆ ਉਹ ਸਮਰੀ ਕਰਕੇ ਲਿਖ ਕੇ ਟਰਾਂਸਲੇਟ ਕਰ ਦਿੰਦੇ ਆ ਹੂੰ 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 ਤੇ ਕਈ ਵਾਰੀ ਇਦਾਂ ਦਾ ਤੁਹਾਨੂੰ ਇੰਟਰਪ੍ਰੀਟਰ ਮਿਲ ਜਾਂਦਾ ਬੜੀ ਬੜੀ ਹੋਇਆ ਬੰਦਾ ਕਰ ਕੁਛ ਨਹੀਂ ਸੱਦਾ ਉਹਦੇ ਵਿੱਚ ਨਾ ਕਿ ਪਹਿਲਾਂ ਸਹੀ ਚੱਲਦਾ ਵਿੱਚ ਜਾ ਕੇ ਨਾ ਇੰਟਰਪ੍ਰੀਟਰ ਸਪੈਸ਼ਲੀ ਜਿਹਨਾਂ ਦੀ ਉਮਰ ਜ਼ਿਆਦਾ ਕਈਆਂ ਦੀ ਹੋ ਗਈ ਹੈ ਹਨਾ ਜਾਂ ਲੈਂਗੁਏਜ ਨੂੰ ਤੇ ਕਈ ਤੇ ਕਈਆਂ ਨੂੰ ਤਾਂ ਇੰਟਰਪ੍ਰੀਟਰ ਹੋਣਾ ਨਹੀਂ ਚਾਹੀਦਾ ਜਿਹੜੇ ਇੰਟਰਪ੍ਰੀਟਰ ਬਣੇ ਆ ਬਣੇ ਆ ਹੂੰ ਤੇ ਉਹਨਾਂ ਨੇ ਜਿਹੜਾ ਨਾ ਖੇਜਨ ਜੇ ਲਾ ਪੈਂਦੇ ਉਹਨਾਂ ਨੂੰ ਪਤਾ ਜੱਜ ਨੇ ਨਾ ਉਹ ਦੇਖਦੇ ਕਿ ਜੱਜ ਜਦੋਂ ਕਲਾਇੰਟ ਨੂੰ ਝਿੜਕੀ ਜੀ ਮਾਰਨ ਲੱਪਿਆ ਕਲਾਇੰਟ ਨੂੰ ਦੱਬਨ ਜੇ ਲਾ ਪਿਆ ਕਿ ਉਹ ਜਵਾਬ ਨਹੀਂ ਦਿੰਦਾ ਉਹ ਵੀ ਭੂਏ ਚੜ ਜਾਂਦੇ ਇੰਟਰਪ੍ਰੀਟਰ ਉਹ ਵੀ ਜਿੱਦਾਂ ਭਾਵੇਂ ਹੁੰਦੇ ਆਪਣੇ ਮੁਲਖਦੀ ਆ ਹੂੰ 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 ਇਹ ਉਹ ਜਿਹੜਾ ਨਾ ਉਹ ਚੀਜ਼ ਦਾ ਫਾਇਦਾ ਜਾਂ ਚੱਕਰ ਨਾ ਪੈਂਦੇ ਕਿ ਕਿ ਛੋਟਾ ਛੋਟਾ ਦਾ ਅਸਾ ਇਦਾਂ ਕਰ ਉਦਾਂ ਕਰ ਕਈ ਵਰੀ ਨਾ ਬੰਦੇ ਦਾ ਜਿਹੜਾ ਬੋਲਣ ਦਾ ਤਰੀਕਾ ਕਿ ਹੁਣ ਬੰਦਾ ਇੱਕ ਲਹਿਜ ਚ ਬੋਲਦਾ ਉਹਨੂੰ ਜਦੋਂ 10 ਵਾਰੀ ਤੋੜ ਦਿੱਤਾ ਜਾਵੇ ਤਾਂ ਬੰਦਾ ਕਈ ਵਰੀ ਨਾ ਬੋਲ ਨਹੀਂ ਪੰਦਾ ਸਹੀ ਆ ਹੂੰ ਉਹ ਜਿਹੜੀ ਚੀਜ਼ ਆ ਹੁਣ ਉਹਨੂੰ ਤੁਸੀਂ ਕਿਦਾਂ ਕਰਨਾ ਕਿ ਤੁਸੀਂ ਆਪਣੇ ਇੰਟਰਪ੍ਰੀਟਰ ਨੂੰ ਸਮਝ ਨਾ ਆਪਣਾ ਇੰਟਰਪ੍ਰੀਟਰ ਕਿਦਾਂ ਦਾ ਜੇ ਤਾਂ ਬਾਲਾ ਮਾੜਾ ਹੋਊਗਾ ਤਾਂ ਚਲੋ ਤੁਹਾਡਾ ਵਕੀਲ ਆਬਜੈਕਟ ਕਰ ਦਊਗਾ ਪਰ ਜ਼ਿਆਦਾਤਰ ਇੰਟਰਪ੍ਰੀਟਰ ਆਪਣਾ ਜੇ ਲੰਬੀਆਂ ਸੈਂਟੈਂਸਸ ਨਹੀਂ ਉਹ ਟਰਾਂਸਲੇਟ ਕਰ ਸਕਦਾ ਹੂੰ ਸੋ ਮੇਨ ਚੀਜ਼ ਆ ਗਈ ਹੈ ਡਸ ਨਾ ਮੈਟਰ ਤੁਹਾਡਾ ਵਕੀਲ ਕੌਣ ਆ ਤੁਸੀਂ ਕੌਣ ਆ ਮੈਟਰ ਇਹ ਕਰਦਾ ਕਿ ਜੱਜ ਨੂੰ ਟਰਾਂਸਲੇਟ ਹੋ ਕੇ ਕੀ ਗਿਆ ਕੀ ਪਹੁੰਚਿਆ ਤੁਹਾਡਾ ਚਾਹੀਦਾ ਨਹੀਂ ਕਿ ਉਹ ਕੋ ਪਹੁੰਚਿਆ ਕਿ ਜੱਜ ਦੇ ਕੰਨੀ ਕੀ ਪਿਆ ਹੂੰ 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 ਸੋ ਇੰਟਰਪ੍ਰੀਟ ਜਿਹੜਾ ਤੁਸੀਂ ਆ ਇੰਟਰਪ੍ਰੀਟਰ ਨੂੰ ਜੇ ਉਹ ਲਾਈਨਾਂ ਨਹੀਂ ਯਾਦ ਰੱਖ ਸਕਦਾ ਤੁਸੀਂ ਉਹਨਾਂ ਨੂੰ ਅੱਧੇ ਅੱਧੇ ਲਾਈਨ ਇੱਕ ਇੱਕ ਲਾਈਨ ਕਰਕੇ ਦੱਸੋ ਕਿ ਮੈਂ ਇੰਨੀ ਤਰੀਕ ਨਾਲ ਉੱਥੇ ਗਿਆ ਸੀਗਾ ਉਹਨੇ ਟ੍ਰਾਂਸਫਰ ਕਰਨਾ ਉਦੋਂ ਮੈਂ ਮੋਟਰਸਾਈਕਲ ਤੇ ਸੀਗਾ ਫੇ ਮੈਂ ਆਪਣੇ ਦੋਸਤ ਦੇ ਨਾਲ ਸੀਗਾ ਹਨਾ ਸੋ ਇਦਾਂ ਛੋਟੇ ਛੋਟੇ ਵਰਡ ਜਿਹੜੇ ਕਰਕੇ ਦੱਸੋ ਕਿ ਤਾਂ ਕਿ ਉਹ ਜਿਹੜੀ ਟ੍ਰਾਂਸਲੇਸ਼ਨ ਤੁਹਾਡੀ ਜਿਹੜੀ ਐਕੂਰੇਟ ਹੋ ਸਕੇ ਸੋ ਕਈ ਵਾਰੀ ਕੀ ਹੁੰਦਾ ਕਿ ਬੰਦਾ ਵੀ ਘਬਰਿਆ ਹੁੰਦਾ ਤੇ ਉਹ ਜਦੋਂ ਜਾ ਕੇ ਬਹਿੰਦਾ ਕੁਰਸੀ ਦੇ ਉੱਤੇ ਹੌਟ ਸੀਟ ਦੇ ਉੱਤੇ ਉਹ ਫਿਰ ਨਾ ਕਈ ਵਾਰੀ ਇੰਟਰਪ੍ਰੀਟਰ ਹੱਥ ਕਰੀ ਜਾਂਦਾ ਅੱਗੇ ਰੁਕ ਜਾ ਰੁਕ ਜਾ ਉਹ ਅੱਗੇ ਬੋਲੀ ਜਾਂਦਾ ਤੇ ਉਹਦਾ ਸ਼ਾਇਦ ਮੇਰੀ ਗੱਲ ਸੁਣਨੀ ਨਹੀਂ ਜੱਜ ਕਈ ਵਾਰ ਇੱਕ ਸਾਡਾ ਕੇਸ ਹੈ ਜੱਜ ਤਿੰਨ ਚਾਰ ਵਾਰ ਹੀ ਕਿਹਾ ਕਹਿੰਦਾ ਮੈਂ ਤਾਂ ਕਹਿੰਦਾ ਕੇਸ ਬੰਦ ਕਰ ਦੇਣਾ ਕਹਿੰਦਾ ਜਿੱਦਾਂ ਦਾ ਹੈਗਾ ਅੱਛਾ ਤੇ ਕਲਾਇੰਟ ਵੀ ਲੋਡ ਨਾਲੋਂ ਜ਼ਿਆਦਾ ਬੋਲਦਾ ਹੈਗਾ ਇੰਟਰਪ੍ਰੀਟਰ ਦੀ ਵੀ ਦੋਨਾਂ ਦੀ ਮੰਨ ਲਓ ਸਾਂਝੀ ਗਲਤੀ ਸੀਗੀ ਦੋਨਾਂ ਚੋਂ ਜਾਂ ਤਾਂ ਹੈਗਾ ਇੰਟਰਪ੍ਰੀਟਰ ਕਹਿ ਦੇਵੇ ਕਿ ਚੱਲ ਯਾਰ ਬੰਦਾ ਇਦਾਂ ਦਾ ਮੈਂ ਨੋਟਸ ਲੈ ਲਵਾਂ ਇੰਟਰਪ੍ਰੀਟਰ ਵੀ ਠੀਠਕ ਨਹੀਂ ਇੱਕ ਇੱਕ ਲਾਈਨ ਹੋਣੀ ਹੈ ਮੈਂ ਉਹੀ ਟ੍ਰਾਂਸਲੇਟ ਕਰਨੀ ਹੈ ਹਨਾ ਅੱਛਾ ਤੇ ਕਲਾਇੰਟ ਵੀ ਅੱਗੋਂ ਲੋਡ ਨਾਲੋਂ ਵੱਧ ਗੋਲਮੋਲ ਕਰਕੇ ਜਿਹੜਾ ਜਵਾਬ ਦੇਨ ਦੇ ਆਹੇ ਗੱਲ ਲੰਬੇ ਲੰਬੇ ਜਵਾਬ ਹਨ ਹੂੰ 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 ਹਾਂ ਤੇ ਵੀ ਕਹਿੰਦਾ ਹਾਂ ਜਾਂ ਨਾ ਚ ਬੋਲਣਾ ਵਾ ਜੱਜ ਨੇ ਉਹਨੂੰ ਹਾਂ ਜਾਂ ਨਾ ਕਵੇ ਉਹ ਤਾਂ ਵੀ ਨਾ ਹਾਂ ਜਾਂ ਨਾ ਚ ਕਵੇ ਜੱਜ ਨੂੰ ਕਵੇ ਕਿ ਤੇਰੇ ਵਕੀਲ ਨੇ ਪੁੱਛ ਲੈਣਾ ਤੈਨੂੰ ਦੁਆਰਾ ਉਦੋਂ ਤੂੰ ਵਿਆਖਿਆ ਕਰੀਂ ਤੈਨੂੰ ਸਰਕਾਰੀ ਵਕੀਲ ਨੇ ਪੁੱਛਿਆ ਸਵਾਲ ਤੈਨੂੰ ਉਹਦਾ ਜਵਾਬ ਜਿਹੜਾ ਦੇਣਾ ਪੈਣਾ ਹਾਂ ਜਾਂ ਨਾ ਚ ਤੇ ਉਹ ਹਾਂ ਜਾਂ ਨਾ ਦੀ ਜਗਾ ਹੋ ਬੰਦਾ بار بار ਅੱਗੇ ਜਿਹੜਾ ਜਵਾਬ ਦੇ ਰਿਹਾ ਸੀਗਾ ਸੋ ਇਦਾਂ ਆਪਣਾ ਜਿਹੜਾ ਇੰਟਰਪ੍ਰੀਟਰ ਨੂੰ ਸਮਝਣਾ ਤੇ ਕਦੀ ਕਦੀ ਆਪਾਂ ਦੇਖਦੇ ਸੌਰੀ ਮੈਂ ਤੁਹਾਨੂੰ ਵਿਚੇ ਕੱਟ ਰਿਹਾ ਵੀ ਕਦੀ ਚਾਂਸ ਆਇਆ ਵੀ ਤੁਹਾਨੂੰ ਇੰਟਰਪ੍ਰੀਟਰ ਚੇਂਜ ਕਰਾਉਣਾ ਪਿਆ ਕਿਸੇ ਕੇਸ ਦੇ ਵਿੱਚ ਹਾਂਜੀ ਹਾਂਜੀ ਬੜੀ ਵਾਰੀ ਬਹੁਤ ਵਾਰੀ ਹਾਂਜੀ ਆਪਣਾ ਜਿਹੜਾ ਚੇਂਜ ਦਾ ਨਾ ਇਦਾਂ ਕਈ ਵਾਰੀ ਇੰਟਰਪ੍ਰੀਟਰ ਕੋਈ ਹੁੰਦੀ ਨਹੀਂ ਨੌਲੇਜ ਜਿੱਦਾਂ ਹੁਣ ਉਰਦੂ ਵਾਲਾ ਬੰਦਾ ਪੰਜਾਬੀ ਟ੍ਰਾਂਸਕ੍ਰਿਪਟ ਲੇਟ ਕਰਨ ਲੱਗਾ ਉਹ ਧੱਕੇ ਨਾਲ ਹੀ ਆ ਗਿਆ ਧੱਕੇ ਨਹੀਂ ਜਿੱਦਾਂ ਆ ਜਾਂਦੇ ਆ ਨਾ ਤੇ ਕਈ ਇਦਾਂ ਦੇ ਹੁੰਦੇ ਆ ਤੇ ਇਹਦੇ ਵਿੱਚ ਹੁਣ ਮੇਨ ਜਿਹੜੀ ਚੀਜ਼ ਆ ਕਿ ਰੱਟਾ ਰਟਾ ਕੀ ਹਿੰਦਾ ਰਟਾ ਹੁੰਦਾ ਜੇ ਦਾ ਕੇਸ ਨਗਲੀ ਬੰਦੇ ਦਾ ਉਹ ਰਟਾ ਲੰਦਾ ਜੇ ਨਾ ਅਸਲੀ ਹੋਵੇ ਉਹਨੇ ਜਵਾਬ ਦੇਣੇ ਸਿੱਧੇ ਹੂੰ 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 ਮੈਨੂੰ ਉਦਾਹਰਨ ਦਿੰਨਾ ਉਦਾਹਰਨ ਸ਼ਾਇਦ ਕਿਸੇ ਨੂੰ ਸਮਝ ਆ ਜਾਵੇ ਸੋ ਬੰਦੇ ਦੇ ਮੰਨ ਲਓ ਕਿਸੇ ਦੇ ਬਿਆਨ ਹੋਏ ਬਿਆਨ ਚੱਲ ਰਹੇ ਉਹਨੇ ਕਹਿਣਾ ਅੱਛਾ ਕਿਹੜਾ ਦਿਨ ਸੀਗਾ ਇੰਨੀ ਤਰੀਕ ਸੀ ਕਿੱਥੇ ਸੀਗਾ ਦੋ ਦਿਨ ਉਦੋਂ ਮੈਂ ਆ ਇਵੈਂਟ ਤੋਂ ਸੀਗਾ ਜਾਂ ਆ ਰਿਆਂ ਸੀਗਾ ਹੂੰ ਕਿਹਨੇ ਰੁਕਿਆ ਤੈਨੂੰ ਅ ਕੀ ਕਿਹਦਾ ਇਵੈਂਟ ਸੀਗਾ ਉਹਨੇ ਦੱਸਦਾ ਆਪਣਾ ਆ ਚੀਜ਼ ਦਾ ਇਵੈਂਟ ਸੀਗਾ ਹੂੰ ਹੁਣ ਉਹ ਬੰਦੇ ਨੇ ਪੁੱਛਿਆ ਕਿ ਕਿਨੇ ਤੈਨੂੰ ਰੋਕਿਆ ਨੇ ਕਹਣਾ ਇੰਨੇ ਜਾਣੇ ਰੋਕਿਆ ਤੇ ਉਹਨੂੰ ਫੇਰ ਮੰਨ ਲਓ ਬੰਦੇ ਨੇ ਪੁੱਛਿਆ ਕਿ ਕੀ ਕਿਹਾ ਉਹਨਾਂ ਨੇ ਤੈਨੂੰ ਤੇ ਹੁਣ ਬੰਦੇ ਨੇ ਆ ਦੱਸਣਾ ਚਾਹੀਦਾ ਸਿੱਧਾ ਕਿ ਕੀ ਕਿਹਾ ਔਰ ਹੁਣ ਦੱਸਣ ਲੱਪਿਆ ਉਦੋਂ ਇੰਨੀ ਤਰੀਕ ਸੀਗੀ ਮੈਂ ਇਵੈਂਟ ਲਾ ਕੇ ਆ ਰਿਹਾ ਸੀਗਾ ਫੇਰ ਮੇਰੇ ਕੋ ਆ ਕੇ ਦੁਆਰਾ ਗੱਡੀ ਰੁਗੀ ਤੇ ਫੇਰ ਉਹਨਾਂ ਨੇ ਮੈਨੂੰ ਆਹਾਂ ਕਿਹਾ ਤੇ ਉਹ ਜਿੱਦਾਂ ਹੁਣ ਜੱਜ ਜਿਹੜਾ ਵਿੱਚ ਸਵਾਲ ਵਜਦਾ ਪੁੱਛਦਾ ਕਿ ਯਾਰ ਸਵਾਲ ਤੇਰੇ ਕੋਲ ਮੈਂ ਪੁੱਛਿਆ ਦੱਸ ਤੇਰੇ ਪੁਆਇੰਟ ਹੂੰ ਸਵਾਲ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਤੂੰ ਸਾਰੇ ਦੱਸਣ ਲੱਪਿਆ ਕਿ ਇੱਥੋਂ ਗੱਡੀ ਆ ਕੇ ਰੁਗੀ ਇਦਾਂ ਹੋਇਆ ਓਦਾਂ ਹੋਇਆ ਤੇ ਜਿਹੜਾ ਸਵਾਲ ਸੀਗਾ ਕਿ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਬਿਆਨਾਂ ਚ ਚਾਰ ਲਾਈਨਾਂ ਲਿਖੀਆਂ ਕਿ ਇਦਾਂ ਇਦਾਂ ਕਿਹਾ ਜਿਹੜਾ ਹੁਣ ਜੱਜ ਨੂੰ ਦੱਸਿਆ ਉਹਦੇ ਵਿੱਚ ਗੱਡੀ ਗੁੱਡੀ ਸਾਲਾ ਦੱਸਤਾ ਤੇ ਜਿਹੜਾ ਕਿਹਾ ਕਿ ਉੱਚ ਜਿਹੜਾ ਸੀਗਾ 75% ਖਾ ਗਿਆ ਬੰਦਾ ਹਨਾ ਠੀਕ ਆ ਹੂੰ 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 ਤੇ ਉਹਦੇ ਵਿੱਚ ਜੱਜ ਨੇ ਕੁਝ ਨਹੀਂ ਕਰਨਾ ਜੱਜ ਨੇ ਇੱਕ ਕਰੀਆ ਉਹ ਕਹਿ ਦੇਊਗਾ ਚਲੋ ਜ਼ਿਆਦਾ ਤੋਂ ਜ਼ਿਆਦਾ ਕਿ ਸਹੀ ਦੱਸ ਆਪਣਾ ਜੋ ਪੁੱਛਿਆ ਉਹਨਾਂ ਦੱਸ ਪਰ ਜੇ ਨਹੀਂ ਦੱਸੂਗਾ ਤਾਂ ਫਿਰ ਉਹ ਬੰਦੇ ਦੇ ਅਗੇਂਸਟ ਜਾਊਗਾ ਤੇ ਬਿਆਨ ਉਹਦੇ ਫਿਰ ਖਰਾਬ ਹੋ ਗਏ ਤੇ ਬੰਦੇ ਨੂੰ ਕਈ ਵਾਰੀ ਲੱਗਦਾ ਕਿ ਮੇਰੇ ਬਿਆਨ ਬਹੁਤ ਵਧੀਆ ਹੋਏ ਆ ਪਰ ਨਹੀਂ ਹੋਏ ਹੁੰਦੇ ਐਦਾਂ ਵੀ ਚੀਜ਼ ਹੋ ਜਾਂਦੀ ਆ ਜੀ ਨਹੀਂ ਬਿਲਕੁਲ ਸੋ ਇਹ ਇਹ ਦੇਖੋ ਇਹ ਚੀਜ਼ਾਂ ਅਹਿਮ ਆ ਜਿਹੜੇ ਇਨ ਕੋਰਟ ਜੋ ਕੁਝ ਹੁੰਦਾ ਆ ਇਹ ਇਹ ਤੁਹਾਨੂੰ ਜਿਹੜਾ ਆਪਾਂ ਦੱਸ ਰਹੇ ਆ ਇਹ ਨਾ ਸਮਝੋ ਵੀ ਇਹ ਵੀ 100% ਜਿਹੜੀ ਆ ਜੀ ਉਹ ਉਹ ਵਕੀਲ ਸਾਹਿਬ ਨੇ ਤਿਆਰੀ ਕਰਾ ਦੇਣੀ ਜਾਂ ਉਹਨਾਂ ਦੀ ਟੀਮ ਨੇ ਉਹ ਤੁਹਾਡੀ ਉਹਦੇ ਤੇ ਹੀ ਹੈਲਪ ਕਰ ਸਕਦੇ ਉਹ ਹੀ ਬਿਲਡ ਅਪ ਕਰ ਸਕਦੇ ਜਿੱਦਾਂ ਦੀ ਤੁਹਾਡੀ 니 ਆ ਜਿੰਨਾ ਤੁਹਾਨੂੰ ਆਉਂਦਾ ਹੈ ਉਹਨੂੰ ਉਹ ਤੁਹਾਨੂੰ ਸਟਰੋਂਗ ਵਧੀਆ ਢੰਗ ਨਾਲ ਪ੍ਰੈਜ਼ੈਂਟ ਕਰਨ ਦੇ ਵਿੱਚ ਉਹ ਮਦਦ ਕਰ ਸਕਦੇ ਆ ਇਹ ਨਹੀਂ ਆ ਵੀ ਹਾਂ ਜੀ ਉਹ ਸਾ ਤੁਹਾਡੇ ਲਈ ਜਿਹੜੇ ਆ ਉਹ ਜਵਾਬ ਜਿਹੜੇ ਉਹ ਦੇਣਗੇ ਅੱਛਾ ਜੀ ਇਦਾਂ ਕਰ ਦੋ ਉਦਾਂ ਕਰ ਦੋ ਸੋ ਜਿਹੜੀਆਂ ਚੀਜ਼ਾਂ ਕਹਿੰਦੇ ਗੌਰ ਦੇ ਨਾਲ ਸੁਣਿਆ ਕਰੋ ਜਦੋਂ ਤੁਹਾਡੇ ਨਾਲ ਸੈਸ਼ਨ ਹੁੰਦਾ ਆ ਇੱਕ ਦਾ ਟਾਈਮ ਤੇ ਪਹੁੰਚਿਆ ਕਰੋ ਤੇ ਟਾਈਮ ਤੇ ਪਹੁੰਚ ਕੇ ਤਿਆਰੀ ਜ਼ਰੂਰ ਕਰਿਆ ਕਰੋ ਆਈ ਥਿੰਕ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ ਬਟ ਆਈ ਥਿੰਕ ਇਹ ਕਰਦੇ ਹੀ ਰਹਿਣਾ ਪੈਣਾ ਹੈ ਤੁਸੀਂ ਜ਼ਰੂਰ ਇਸ ਇਸ ਚੀਜ਼ ਉੱਤੇ ਵੀ ਫੋਕਸ ਕਰੋ ਵੀ ਆਪਣੇ ਕੇਸ ਦੇ ਬਾਰੇ ਪੋਲਿਟਿਕਲ ਹਾਲਾਤਾਂ ਬਾਰੇ ਕੀ ਹੋ ਰਿਹਾ ਹੈ ਇੱਥੇ ਕੀ ਸਰਗਰਮੀਆਂ ਹੋ ਰਹੀਆਂ ਕਿੱਥੇ ਤੁਸੀਂ ਆਏ ਗਏ ਕਿੱਦਾਂ ਹੋਇਆ ਕਿੱਥੇ ਤੁਸੀਂ ਕਿਸੇ ਨੂੰ ਮਦਦ ਕੀਤੀ ਕਿੱਦਾਂ ਕੀਤੀ ਥੋੜਾ ਇਹਦੇ ਤੇ ਵੀ ਫੋਕਸ ਕਰਕੇ ਥੋੜਾ ਦੱਸੋ ਅਟਾਰਨੀ ਡੇਰ ਕਹਿਣਾ ਜੀ ਕੀ ਕਿਸੇ ਨੂੰ ਇਹ ਇਹਨਾਂ ਚੀਜ਼ਾਂ 'ਚ ਕੀ ਕੀ ਕਰਨਾ ਚਾਹੀਦਾ ਕਿਹੜੇ ਹਾਲਾਤ ਦੇ ਵਿੱਚ ਕਹਿੰਨੇ ਵੀ ਜਿੱਦਾਂ ਹੁਣ ਵੀ ਇੱਥੇ ਕੀ ਕੁਝ ਹੋ ਰਿਹਾ ਆ ਵੀ ਕੋਈ ਸਰਗਰਮੀ ਚੱਲ ਰਹੀ ਆ ਕਿਤੇ ਕੋਈ ਧਰਨਾ ਹੋ ਰਿਹਾ ਕਿਤੇ ਜਾ ਰਹੇ ਆ ਕੋਈ ਕੋਈ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਬਿਲਕੁਲ ਹੁਣ ਬੰਦਾ ਜਦੋਂ ਬੈਠਾ ਉਹ ਕਹਿੰਦਾ ਮੈਂ ਐਕਟਿਵ ਬਹੁਤ ਆ ਉਹਨੂੰ ਹੁਣ ਕਈ ਸਾਰੇ ਲੋਕੀ ਉਹ ਇੱਕ ਬੇਸਿਕ ਜਵਾਬ ਨਹੀਂ ਦੇ ਪਾਉਂਦੇ ਇੱਕ ਅੱਛਾ ਚੱਲਤੂ ਗਤੀਵਿਧੀਆਂ ਕੀਤੀਆਂ ਪਰ ਤੂੰ ਕਹਿੰਨਾ ਕਿ ਫਲਾਣੇ ਮੇਰੇ ਮਗਰ ਪੈ ਗਏ ਪਰ ਉਹਨਾਂ ਨੂੰ ਕਿੱਦਾਂ ਪਤਾ ਤੂੰ ਗਤੀਵਿਧੀਆਂ ਕੀਤੀਆਂ ਉਹ ਕਹਿੰਦਾ ਜੀ ਪਤਾ ਉਹਨਾਂ ਨੂੰ ਬਸ ਪਤਾ ਪਤਾ ਕਿਦਾਂ ਮਤਲਬ ਕੀ ਕੀਤਾ ਤੂੰ ਕੋਈ ਸੋਸ਼ਲ ਮੀਡੀਆ ਤੇ ਪੋਸਟਿੰਗ ਕੀਤੀ ਹੈ ਔਰ ਪੋਸਟਿੰਗ ਤਾਂ ਉਹਨੇ ਜਦੋਂ ਜੱਜ ਨੇ ਕਿਹਾ ਉਹਨੇ ਕਿਹਾ ਪਰ ਪੋਸਟਾ ਦਾ ਤੂੰ ਕਈ ਹੋਰ ਦੀਆਂ ਸ਼ੇਅਰ ਕਰਨ ਦੇ ਆ ਮੈਂ ਤੈਨੂੰ ਸਵਾਲ ਪੁੱਛਿਆ ਕਿ ਜਿਹੜੀ ਤੂੰ ਗਤੀਵਿਧੀ ਕੀਤੀ ਹੈ ਉਹਦੇ ਬਾਰੇ ਅ ਕਿਦਾਂ ਪਤਾ ਹੈ ਨਾ ਤੇ ਉਹ ਜਿਹੜਾ ਹੁਣ ਸੋਸ਼ਲ ਮੀਡੀਆ ਰਾਹੀਂ ਪਤਾ ਕੀ ਚੀਜ਼ ਹੋਈ ਆ ਸੋ ਬੰਦੇ ਨੂੰ ਜਿਹੜਾ ਸਵਾਲ ਦਾ ਜਵਾਬ ਪੂਰਾ ਦੇਣਾ ਪੈਣਾ ਜੀ ਬਿਲਕੁਲ ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖ ਕੇ ਜਿਹੜਾ ਉਹ ਚੱਲਣਾ ਤੇ ਆ ਬਾਕੀ ਜਿਹੜਾ ਅਟਾਰਨੀ ਜੀ ਕਹਿਣਾ ਜੀ ਇਹ ਆ ਵੀ ਕਿਦਾਂ ਸਮੇਂ ਸਿਰ ਆਉਣਾ ਸੈਸ਼ਨ ਦੇ ਲਈ ਕਿਦਾਂ ਰੈਡੀ ਹੋਣਾ ਕੇਸ ਦੇ ਬਾਰੇ ਕਿਦਾਂ ਨੌਲੇਜ ਹੋਰ ਹੋਵੇ ਕਿਦਾਂ ਹੋਵੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸੋ ਸਾਡਾ ਜਿਹੜਾ ਵਕੀਲ ਦਾ ਕੰਮ ਆ ਉਹ ਹੈਗਾ ਕਿ ਕੇਸ ਦੀ ਜਿਹੜੇ ਸਵਾਲ ਪੁੱਛ ਕੇ ਤੁਹਾਨੂੰ ਤੁਸੀਂ ਜਿੱਦਾਂ ਹੁਣ ਆਪਣੀ ਡੈਕਲੇਰੇਸ਼ਨ ਦਿੱਤੀ ਆ ਕਿ ਆਹ ਤੁਹਾਡੇ ਨਾਲ ਹੋਇਆ ਹੂੰ ਹੂੰ ਜਿਹੜਾ ਤੁਹਾਡੇ ਵਕੀਲ ਦਾ ਕੰਮ ਹੁੰਦਾ ਮੈਨੋਂ ਉਹਨੇ ਤੁਹਾਨੂੰ ਸਵਾਲ ਪੁੱਛਣੇ ਆ ਕੋਰਟ ਦੇ ਵਿੱਚ ਵੀ ਤੇ ਜਦੋਂ ਉਹਦੀ ਆਪਣੀ ਤਿਆਰੀ ਚੱਲਦੀ ਆ ਉਹਦੇ ਵਿੱਚ ਵੀ ਉਹਨੇ ਸਵਾਲ ਪੁੱਛਣੇ ਆ ਤੇ ਉਹ ਸਵਾਲਾਂ ਦੇ ਜਵਾਬ ਤੁਸੀਂ ਪਹਿਲਾਂ ਰੈਡੀ ਕਰਕੇ ਆਣੇ ਆ ਯਾਨੀ ਕਿ ਤੁਸੀਂ ਕਈ ਵਾਰੀ ਐਦਾਂ ਹੁੰਦਾ ਕਿ ਬੰਦਾ ਉਦਾਂ ਹੀ ਆ ਜਾਂਦਾ ਕਿ ਅੱਛਾ ਮੈਨੂੰ ਪਤਾ ਨਹੀਂ ਹੀ ਤੁਸੀਂ ਸਵਾਲ ਪੁੱਛਣੇ ਆ ਮੈਂ ਕਹੇਰ ਹੋਰ ਤੂੰ ਕੇਸ ਦੇ ਰਿਲੇਟਿਡ ਹੀ ਸਵਾਲ ਪੁੱਛਣੇ ਆ ਹੋਰ ਕਿਉਂ ਆਪਾਂ ਮਿਲਣਾ ਮਲਾਣਾ ਹੈਣਾ ਹੂੰ ਹੂੰ ਤਾਂ ਕਈ ਵਾਰੀ ਐਦਾਂ ਹੁੰਦਾ ਕਿ ਬੰਦਾ ਜਿਹੜਾ ਹੈਗਾ ਉਹ ਅ ਤਿਆਰੀ ਅਧੀ ਨਹੀਂ ਕਰਕੇ ਜਾਂਦਾ ਕੀ ਸਵਾਲ ਪੁੱਛਿਆ ਜਾਊਗੇ ਠੀਕ ਹੈ ਉਹ ਮੇਨ ਜਿਹੜੀ ਮੇਨ ਜਿਹੜੀ ਚੀਜ਼ ਇਹ ਹੈ ਕਿ ਡਾਇਰੈਕਟ ਐਗਜ਼ਾਮੀਨੇਸ਼ਨ ਹੁੰਦਾ ਡਾਇਰੈਕਟ ਐਗਜ਼ਾਮੀਨੇਸ਼ਨ ਦੇ ਵਿੱਚ ਵਕੀਲ ਤੁਹਾਡੇ ਕੋਲ ਕੋਰਟ ਦੇ ਵਿੱਚ ਸਭ ਤੋਂ ਪਹਿਲਾਂ ਸਵਾਲ ਜਿਹੜੇ ਪੁੱਛਦਾ ਸੋ ਉਹੀ ਚੀਜ਼ ਆ ਕਿ ਡਾਇਰੈਕਟ ਐਗਜ਼ਾਮੀਨੇਸ਼ਨ ਦੀ ਹੁਣ ਜਿਹੜੀ ਤੁਹਾਡੇ ਵਕੀਲ ਨੇ ਕੋਰਟ 'ਚ ਸਵਾਲ ਪੁੱਛਣੇ ਆ ਉਹ ਤੁਹਾਨੂੰ ਇੱਥੇ ਸਵਾਲ ਪੁੱਛਾਂ ਦੀ ਕੋਸ਼ਿਸ਼ ਕਰਦਾ ਨਾਲ ਫਿਰ ਜਿਹੜੇ ਸਰਕਾਰੀ ਵਕੀਲ ਨੇ ਸਵਾਲ ਪੁੱਛਣੇ ਉਹ ਪਤਾ ਨਹੀਂ ਸਰਕਾਰੀ ਵਕੀਲ ਕਿੰਨਾ ਆਉਂਦਾ ਤੇ ਜਿਹੜਾ ਤੁਹਾਡਾ ਵਕੀਲ ਉਹਨੇ ਤੁਹਾਨੂੰ ਉਹ ਵੀ ਸਵਾਲ ਪੋਸਿਬਲੀ ਪੁੱਛਣ ਦੀ ਕੋਸ਼ਿਸ਼ ਕਰਨੀ ਆ ਕਿ ਸਰਕਾਰੀ ਵਕੀਲ ਤੁਹਾਡੇ ਕੋਲ ਕੀ ਪੁੱਛ ਸਕਦਾ ਹੈ ਨਾ ਹੂੰ ਹੂੰ ਤੇ ਤੁਸੀਂ ਫਿਰ ਆਪਣੇ ਜਿਹੜੇ ਬਿਆਨ ਦੇਣੇ ਆ ਫਿਰ ਤਾਂ ਤੁਸੀਂ ਜਿੱਦਾਂ ਬਿਆਨ ਦਿੰਨੇ ਆ ਉਹਦੇ ਹਿਸਾਬ ਨਾਲ ਵਕੀਲ ਅਸੈਸ ਕਰਦਾ ਕਿ ਇਹ ਵਿਟਨੈਸ ਕਿੱਦਾਂ ਦਾ ਇਸ ਸਟਰੋਂਗ ਵਿਟਨੈਸ ਆ ਵੀਕ ਵਿਟਨੈਸ ਆ ਇਹਨੂੰ ਕੰਪਲੈਕਸ ਸਵਾਲ ਪੁੱਛਿਆ ਜਾਵੇ ਕਿ ਇਹਨੂੰ ਇੱਕ ਸਵਾਲ ਜਿਹੜਾ ਛੋਟੇ ਛੋਟੇ ਸਵਾਲਾਂ ਚ ਬ੍ਰੇਕਡਾਊਨ ਕਰਕੇ ਪੁੱਛਿਆ ਜਾਵੇ ਠੀਕ ਹੈ ਠੀਕ ਹੈ ਹਾਂ ਬਿਲਕੁਲ ਆਈ ਥਿੰਕ ਕੁਐਸਚਨ ਪਹਿਲਾਂ ਤੁਸੀਂ ਦੱਸ ਰਹੇ ਸੀ ਜਿਹੜਾ ਇੰਟਰਪ੍ਰੀਟਰ ਉਹ ਉਹਦੇ ਤੇ ਵੀ ਕੁਝ ਬੰਦਸ਼ਾਂ ਆਈਆਂ ਸੀਗੀਆਂ ਵੀ ਉਹ ਤੁਹਾਡਾ ਦੋਸਤ ਮਿੱਤਰ ਨਹੀਂ ਹੋ ਸਕਦਾ ਜਾਂ ਉਹਦਾ ਆਪਣਾ ਸਾਈਲਮ ਦਾ ਕੇਸ ਨਹੀਂ ਹੋ ਸਕਦਾ ਉਹ ਉਹ ਚੀਜ਼ਾਂ ਰਾਈਟ ਨਾਉ ਉਹਦੇ ਉਹ ਵੀ ਚੀਜ਼ਾਂ ਇਸ ਟਾਈਮ ਆਪਾਂ ਦੇਖ ਰਹੇ ਹਾਂ ਕੋਰਟ ਦੇ ਵਿੱਚ ਜਿਹੜਾ ਜੀ ਇਮੀਗ੍ਰੇਸ਼ਨ ਕੋਰਟ ਵਾਲਾ ਹੈਗਾ ਉਹ ਤਾਂ ਉਹਨਾਂ ਦੇ ਆਪਣੇ ਜਿਹੜੇ ਇੰਟਰਪ੍ਰੀਟਰ ਹੈਗੇ ਆ ਉਹੀ ਉਹਨਾਂ ਨੇ ਕਰਨੇ ਆ ਜਿਹੜੇ ਉਹਨਾਂ ਦੇ ਸੋਸੀ ਵਾਲੇ ਆ ਜਿਹੜੇ ਵੀ ਲੈਂਗੁਏਜ ਇੰਟਰਪ੍ਰੀਟਰ ਹੁੰਦੇ ਆ ਠੀਕ ਹੈ ਸਾਰੇ ਮੋਟਿਸ 'ਚ ਤੁਸੀਂ ਆਪਣਾ ਜਿਹੜਾ ਇੰਟਰਪ੍ਰੀਟਰ ਉਹ ਲੈ ਕੇ ਜਾ ਸਕਦੇ ਆ ਠੀਕ ਹੈ ਓਕੇ ਉੱਥੇ ਤੁਸੀਂ ਆਪਣਾ ਲੈ ਕੇ ਜਾਓ ਉਦੇ ਤੇ ਕੋਈ ਬੰਦਿਸ਼ ਨਹੀਂ ਕਿਸੇ ਨੂੰ ਵੀ ਲੈ ਕੇ ਜਾਇਆ ਜਾਂਦਾ ਆ ਜਾਂ ਕਿੱਦਾਂ ਆ ਉਦੇ 'ਚ ਬੰਦਿਸ਼ ਹੁੰਦੀ ਆ ਉਹਦੇ ਵਿੱਚ ਤੁਸੀਂ ਆਪਣੀ ਫਰਮ ਵਾਲਾ ਨਹੀਂ ਲੈ ਕੇ ਜਾ ਸਕਦੇ ਕੋਈ ਕੀਤਾ ਡਿਫਰਮ ਦੇ ਪੈਰਾਲੀਗਲ ਚਲ ਗਿਆ ਉਹਨੇ ਦੱਸਤਾ ਤੇ ਤੁਸੀਂ ਆਪਣਾ ਜਿਹੜਾ ਫੈਮਿਲੀ ਮੈਂਬਰ ਆ ਉਹ ਨਹੀਂ ਲੈ ਕੇ ਜਾ ਸਕਦੇ ਤੇ ਹੁਣ ਉਹਨਾਂ ਨੇ ਉਹ ਵੀ ਲਾਇਆ ਸੀ ਕਿ ਕੋਈ ਉਹ ਇਦਾਂ ਦਾ ਵਿਅਕਤੀ ਵੀ ਨਹੀਂ ਹੋਣਾ ਚਾਹੀਦਾ ਜਿਹਦੇ ਆਪਣੇ ਕੇਸ ਚੱਲਦੇ ਪਏ ਆ ਜਿਹੜਾ ਆਪਣਾ ਕੋਈ ਸਾਇਲਮ ਦਾ ਕੇਸ ਜਿਹੜਾ ਆ ਉਹ ਚੱਲ ਰਿਹਾ ਹੋਵੇ ਜੀ ਬਿਲਕੁਲ ਸੋ ਇਹਦੇ ਵਿੱਚ ਜਿੱਦਾਂ ਹੁਣ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਕਈ ਵਾਰੀ ਕਹਿ ਦਿੰਦੇ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਆਪਾਂ ਪੈਨ ਕਾਰਡ ਆਧਾਰ ਕਾਰਡ ਉਸ ਦੇ ਉੱਤੇ ਵੀ ਚਰਚਾ ਜਿਹੜੀ ਉਹ ਕੀਤੀ ਸੀ ਰੀ ਲੋਕੇਸ਼ਨ ਨੂੰ ਲੈ ਕੇ ਆ ਉਹ ਮੁੱਦਿਆਂ ਦੇ ਉੱਤੇ ਅੱਜਕੱਲ ਕੀ ਕੋਰਟਸ ਦਾ ਰਵਈਆ ਹੈਗਾ ਬੋਤਾਂ ਜੀ ਜਿਹੜੇ ਹੁਣ ਸਿੰਘ ਵਰਸਸ ਵੈਟਕਰ ਕੌਰ ਵਰਸਸ ਗਾਰਲੈਂਡ ਜਿਹੜੇ ਮੁੱਦੇ ਡਿਪੈਂਡ ਕਰਦਾ ਕਿ ਕਿਹੜਾ ਮੁੱਦਾ ਹੁਣ ਫਾਰ ਇਗਜ਼ਾਮਪਲ ਕੋਈ ਆਈਐਨਐਲਡੀ ਪਾਰਟੀ ਦਾ ਰਾਈਟ ਉਹਨੂੰ ਜੇ ਪੁੱਛੂਗਾ ਕਿ ਤੂੰ ਹੋਰ ਕਿਤੇ ਕਿਉਂ ਨਹੀਂ ਸਟੇਟ ਚ ਜਾ ਸਕਦਾ ਉੱਥੇ ਜਾ ਕੇ ਕਿਉਂ ਨਹੀਂ ਆਪਣੀ ਰਹਿ ਸਕਦਾ ਸੇਫਲੀ ਹੁਣ ਜੋ ਬੰਦਾ ਕਰਦਾ ਮੈਂ ਆਪਣੇ ਹੱਕਾਂ ਦੀ ਮੰਗ ਕਰੂੰਗਾ ਉੱਥੇ ਉਹਨੇ ਕਹਣਾ ਅੱਛਾ ਤੇਰੇ ਹੱਕ ਕੀ ਆ ਉਹਨੇ ਕਹਣਾ ਮੇਰੇ ਕਿਸਾਨੀ ਦੇ ਹੱਕ ਆ ਰਾਈਟ ਜੋ ਵੀ ਉਹਦਾ ਸਿਕਾ ਮੁੱਦਾ ਠੀਕ ਹੈ ਪਰ ਇਹ ਕਿਸਾਨੀ ਦੇ ਹੱਕ ਆ ਉਹਨੂੰ ਥੋੜਾ ਨਾ ਪ੍ਰੋਬਲਮ ਹੈਗੀ ਹਰ ਕਿਤੇ ਹਮ ਇੰਡੀਆ ਵਿੱਚ ਉਹ ਤਾਂ ਹਰ ਕਿਤੇ ਕਿਸਾਨ ਸੋਨੇ ਕਹਣਾ ਪਰ ਉਹ ਚ ਕਿਸੇ ਨੂੰ ਕਿਉਂ ਪ੍ਰੋਬਲਮ ਹੋਊਗਾ ਮੈਂ ਬਾਅਦ ਚੱਕੂਗਾ ਲੋਕਾਂ ਦੀ ਗਰੀਬ ਲੋਕਾਂ ਦੀ ਉਹ ਕਹਾਂ ਉਹਦੇ ਵਿੱਚ ਵੀ ਕਿਸੇ ਨੂੰ ਕਿਉਂ ਪ੍ਰੋਬਲਮ ਹੋਣੀ ਹੈ ਹੂੰ ਤੇ ਉਹ ਜਿਹੜਾ ਰੀਲੋਕੇਸ਼ਨ ਦਾ ਮੁੱਦਾ ਬਣਦਾ ਨਹੀਂ ਹੁਣ ਇਹ ਨਹੀਂ ਕਿ ਸਾਰੇ ਕੀ ਆਪਣਾ ਹੁਣ ਜਿਹੜਾ ਸਿਆਸੀ ਵਿਚਾਰਾ ਉਹ ਤਾਂ ਬੰਦਾ ਚਲੋ ਕਹਿੰਦਾ ਕਿ ਜੇ ਮੇਰੀ ਮੇਰੀ ਮੰਗ ਕਰਨ ਨਹੀਂ ਦਿੰਦੇ ਮੈਨੂੰ ਤੇ ਮੈਂ ਉੱਥੇ ਜਾ ਕੇ ਜੇ ਮੰਗ ਕਰਦਾ ਤੇ ਮੈਨੂੰ ਪ੍ਰੋਬਲਮ ਆ ਸਕਦੀ ਹੈ ਹੂੰ ਪਰ ਇਹਦਾ ਮਤਲਬ ਇਹ ਨਹੀਂ ਕਿ ਹੁਣ ਜੇ ਜਾਤ ਪਾਤ ਵਾਲਾ ਕਿਸੇ ਉਹ ਕਹੂਗਾ ਕਿ ਮੈਂ ਆਪਣੇ ਹੱਕਾਂ ਦੀ ਨਹੀਂ ਮੰਗ ਕਰ ਸਕਦਾ ਜੇ 크ਿਸਚੀਅਨਟੀ ਵਾਲਾ ਕਹੂਗਾ ਮੈਂ ਆਪਣੇ ਹੱਕਾਂ ਦੀ ਨਹੀਂ ਮੰਗ ਕਰ ਸਕਦਾ ਜਜ ਇਹ ਕਹਿ ਰਿਹਾ ਕਿ ਤੂੰ ਇਹ ਸ਼ੋਅ ਕਰਕੇ ਤੂੰ ਇੰਡੀਆ ਚ ਕਿਤੇ ਵੀ ਨਹੀਂ ਜਾ ਸਕਦਾ ਸਰਕਾਰੀ ਵਕੀਲ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਇੰਡੀਆ ਚ ਕਿਤੇ ਨਾ ਕਿਤੇ ਜਾ ਕੇ ਰਹਿ ਸਕਦਾ ਰਾਈਟ ਹੂੰ ਸੋ ਰੀ ਲੋਕੇਸ਼ਨ ਵਾਲਾ ਜਿਹੜੀ ਆਰਗੂਮੈਂਟ ਆ ਤੁਹਾਡੀ ਉਹ ਬੇਸਿਕਲੀ ਇਹ ਹੁੰਦੀ ਹੈ ਕਿ ਤੁਹਾਨੂੰ ਉਹ ਲੱਭੂਗੇ ਕਿੱਦਾਂ ਹੂੰ 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 ਬੈਕ ਕਿੱਦਾਂ ਕਰੋਗੇ ਰਾਈਟ ਹੂੰ ਸੋ ਇਹ ਚੀਜ਼ ਹੈ ਸੋ ਉਹਦਾ ਮੁੱਦਾ ਜਿਹੜਾ ਸੀਗਾ ਜਿਹੜਾ ਸਿਆਸੀ ਕੇਸ ਆ ਕਿ ਹੱਕਾਂ ਦੀ ਉਹ ਮੰਗ ਨਹੀਂ ਕਰ ਸਕਦੇ ਉਹ ਕਾਫੀ ਜਿਹੜਾ 9th ਸਰਕਟ ਦੇ ਵਿੱਚ ਸਿੰਘ ਵਰਸਸ ਵਿਟਕਰ ਦੇ ਗੌਰ ਵਰਸਸ ਗਾਰਲੈਂਡ ਦੇ ਥੱਲੇ ਸਟੈਬਲਿਸ਼ਡ ਹੈਗਾ ਕਿ ਜਿਹੜੇ ਤੇ ਹੁਣ ਆਪਾਂ ਇੱਕ ਵਾਰੀ ਵੀਆਈਏ ਦਾ ਡਿਸੀਜਨ ਵੀ ਡਿਸਕਸ ਡਿਸਕਸ ਕੀਤਾ ਸੀਗਾ ਸੀਜੀਟੀ ਸੀ ਆਈ ਥਿੰਕ ਉਹ ਸੀਗਾ ਮੈਂ ਨਾ ਹਾਂ ਸਾਈਟੇਸ਼ਨ ਨਹੀਂ ਬਤਾ ਹੂੰ ਇਹਦੇ ਵਿੱਚ ਇਹ ਸੀਗਾ ਕਿ ਕਿਸੇ ਬੰਦੇ ਕੋਲ ਤੁਸੀਂ ਇਹ ਨਹੀਂ ਐਕਸਪੈਕਟ ਕਰ ਸਕਦੇ ਕਿ ਉਹ ਆਪਣੇ ਵਿਚਾਰਧਾਰਾ ਨੂੰ ਲੁਕੋ ਕੇ ਰੱਖੇ ਉਹ ਸੈਕਸ਼ੂਅਲ ਓਰੀਐਂਟੇਸ਼ਨ ਦਾ ਜਿਹੜਾ ਕੇਸ ਹੈਗਾ ਤੇ ਉਹਦੇ ਵਿੱਚ ਇਹ ਡਿਸਾਈਡ ਕੀਤਾ ਸੀਗਾ ਕਿ ਕਿਸੇ ਬੰਦੇ ਕੋਲ ਵੀ ਜੋ ਵੀ ਉਹਦਾ ਸਾਲਮ ਦੀ ਗਰਾਉਂਡ ਹੈ ਉਹ ਕੋ ਤੁਸੀਂ ਇਹ ਨਹੀਂ ਐਕਸਪੈਕਟ ਕਰ ਸਕਦੇ ਕਿ ਆਪਣੇ ਆਪ ਨੂੰ ਸੇਫ ਰੱਖਣ ਲਈ ਇਹ ਉਹ ਗਤੀਵਿਧੀਆਂ ਨਾ ਕਰੇ ਜੀ ਜੀ ਰੀਸੈਂਟਲੀ ਤੁਸੀਂ ਇੱਕ ਆਈ ਥਿੰਕ 엘ਿਟਿਜ਼ਮ ਕਲਾਸ ਵਾਲਾ ਵੀ ਜਿਹੜਾ ਉਹ ਕੀਤਾ ਸੀ ਵੀ ਉਹ ਬਹੁਤ ਵਾਰੀ ਤੁਸੀਂ ਇਹ ਜ਼ਿਕਰ ਕੀਤਾ ਵੀ ਸਾਰੇ ਜਾਣੇ ਇੱਕ ਸੈਟ ਪੈਟਰਨ ਦੇ ਉੱਤੇ ਚੱਲੇ ਜਾਂਦੇ ਆ ਕਈ ਵਾਰੀ ਕਿਸੇ ਦਾ ਹੋਰ ਕੇਸ ਵੀ ਬਣਦਾ ਹੋ ਸਕਦਾ ਹੈ ਹੋਰ ਇਸ਼ੂ ਦੇ ਨਾਲ ਵੀ ਜਿਹੜਾ ਉਹ ਕੀਤਾ ਜਾ ਸਕਦਾ ਹੈ ਉਦੀ ਪਛਾਣ ਜਿਹੜਾ ਉਹ ਕਿਦਾਂ ਕਰਦਾ ਹੈ ਬੰਦਾ ਜਦੋਂ ਸਾਇਲਮ ਦਾ ਕੇਸ ਲਾਉਣ ਲੱਗਾ ਵੀ ਮੈਂ ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਇਹਦੇ ਅੰਡਰ ਜਿਹੜਾ ਉਹ ਆ ਸਕਦਾ ਆ ਵੀ ਕਲਾ ਰਿਲੀਜੀਅਸ ਆ ਪੋਲਿਟਿਕਲ ਆ ਜਾਂ ਕੋਈ ਹੋਰ ਇਸ਼ੂ ਵੀ ਜਿਹੜਾ ਉਹ ਬਣਦਾ ਆ ਇਹ ਉਸ ਨੂੰ ਖੁਦ ਹੁੰਦਾ ਹੈ ਜਾਂ ਵਕੀਲ ਦੇ ਨਾਲ ਕੰਸਲਟ ਕਰਕੇ ਉਹਨੂੰ ਜ਼ਿਆਦਾ ਕਲੈਰਿਟੀ ਆਉਂਦੀ ਹੈ ਵਕੀਲ ਦੇ ਨਾਲ ਵੀ ਹੁੰਦਾ ਕਈ ਵਾਰੀ ਕੋਰਟ ਦੇ ਵਿੱਚ ਵੀ ਮੁੱਦਾ ਹੋਟ ਜਾਂਦਾ ਕੀ ਇਹ ਤਾਂ ਚੀਜ਼ ਬੰਦੀ ਨਹੀਂ ਨੈਕਸਸ ਤੁਸੀਂ ਆਪਣਾ ਹੀ ਦੱਸਣਾ ਕਿ ਜੋ ਵੀ ਤੁਹਾਡੇ ਨਾਲ ਹੋਇਆ ਤੁਸੀਂ ਉਹੀ ਦੱਸਣਾ ਠੀਕ ਆ ਜੇ ਤੁਹਾਡਾ ਪ੍ਰਾਪਰਟੀ ਦਾ ਝਗੜਾ ਤੁਸੀਂ ਪ੍ਰਾਪਰਟੀ ਦਾ ਦੱਸਣਾ ਜੇ ਤੁਹਾਡਾ ਪੋਲਿਟਿਕਸ ਦਾ ਜੇ ਤੁਹਾਡੇ ਤੋਂ ਇੱਕ ਤੋਂ ਵੱਧ ਮੁੱਦੇ ਵੀ ਹੈਗੇ ਆ ਤੁਸੀਂ ਉਹ ਇੱਕ ਤੋਂ ਵੱਧ ਮੁੱਦੇ ਵੀ ਜਿਹੜੇ ਦੱਸ ਸਕਦੇ ਆ ਹੂੰ ਜੀ ਇਹ ਇਦਾਂ ਹੋਇਆ ਆ ਕੋਰਸ ਦੇ ਵਿੱਚ ਵੀ ਵੀ ਗਏ ਪੋਲਿਟੀਕਲ ਜਾਂ ਰਿਲੀਜੀਅਸ ਦੇ ਲਈ ਸੀ ਤੇ ਬਾਅਦ ਦੇ ਵਿੱਚ ਉਹ ਇਸ਼ੂ ਚੇਂਜ ਹੋ ਕੇ ਉਹ ਡਿਫਰੈਂਟ ਕਾਈਂਡ ਦੇ ਵਿੱਚ ਉਹਦਾ ਕੇਸ ਜਿਹੜਾ ਉਹ ਬਣ ਗਿਆ ਹੋਵੇ ਆ ਪਿਛਲੇ ਹਫਤੇ ਹੀ ਆਪਣਾ ਆ ਜਿਹੜੇ ਦੋ ਅਨੈਸਰੀ ਆਹ ਕੱਲ ਪਰਸੋਂ ਚ ਕੀਸ ਜਿਹੜਾ ਪਾਸ ਹੋਇਆ ਸੀਗਾ ਠੀਕ ਆ ਉਹਦੇ ਵਿੱਚ ਮੁੱਦਾ ਸੀਗਾ ਕਿ ਉਹਦੇ ਘਰ ਦੇ ਜਿਹੜੇ ਸੀਗੇ ਉਹ ਪੋਲੀਟੀਕਲੀ ਐਕਟਿਵ ਸੀਗਾ ਫਾਦਰ ਠੀਕ ਹੈ ਤੇ ਹੁਣ ਪੱਕ ਨਹੀਂ ਪਤਾ ਸੀਗਾ ਕਿ ਕਿਉਂ ਪੋਲੀਟੀਕਲੀ ਐਕਟਿਵ ਆ ਕੀ ਆ ਕੀ ਰੋਲ ਆ ਤੇ ਉਹਦੀ ਕੋਈ ਉਦਾਂ ਪਰਸਨਲ ਰੰਜਿਸ਼ ਸੀਗੀ ਬਾਪੂ ਦੀ ਦੂਜੀ ਵਿਰੋਧੀ ਪਾਰਟੀ ਵਾਲਿਆਂ ਨਾਲ ਜਿਹੜੇ ਲੋਕਲ ਲੈਵਲ ਤੇ ਸੀਗੇ ਕੋਈ ਗਵਾਹੀ ਕੋਈ ਦਿੱਤੀ ਸੀਗੀ ਓਕੇ ਉਹਦੇ ਕਰਕੇ ਮੁੰਡੇ ਨੂੰ ਤੰਗ ਕਰਦੇ ਸੀਗੇ ਤੇ ਉਹਨੇ ਉਹਦਾ ਨਹੀਂ ਕੋਈ ਲੈਣ ਦੇਣਾ ਸੀਗਾ ਤੇ ਜਿਹੜਾ ਸਰਕਾਰੀ ਵਕੀਲ ਸੀਗਾ ਉਹ ਕਹਿੰਦੇ ਕਿ ਨੈਕਸਸ ਨਹੀਂ ਹੈਗਾ ਇਹ ਕਿ ਸਿਆਸੀ ਕੇਸ ਨਹੀਂ ਬੰਦਾ ਕਿਉਂਕਿ ਇੰਪਿਊਟਡ ਇੱਕ ਹੁੰਦਾ ਇੰਪਿਊਟਡ ਪੋਲੀਟੀਕਲ ਓਪੀਨੀਅਨ ਕੀ ਉਹ ਕਹਿੰਦਾ ਕਿ ਮੈਂ ਤਾਂ ਘੱਟ ਸੀਗਾ ਪਰ ਮੇਰਾ ਮੇਰਾ ਭਰਾ ਜ਼ਿਆਦਾ ਕੰਮ ਕਰਦਾ ਹੈਗਾ ਤਾਂ ਕਰਕੇ ਉਹ ਮੈਨੂੰ ਵੀ ਇਦਾਂ ਸਮਝਦੇ ਹੁਣ ਕਹਿੰਦੇ ਇੰਪਿਊਟਡ ਕਿ ਉਹ ਉਹ ਕਹਿੰਦੇ ਕਿ ਤੇਰਾ ਭਰਾ ਗਤੀਵਿਧੀ ਕਰਦਾ ਤੂੰ ਵੀ ਕਰਦਾ ਪਰ ਇਸ ਕੇਸ ਚ ਜੱਜ ਸਾਹਿਬ ਕਹਿੰਦੇ ਕਿ ਇਹ ਇੰਪਿਊਟਡ ਪੋਲੀਟੀਕਲ ਓਪੀਨੀਅਨ ਨਹੀਂ ਹੈਗਾ ਕਿਉਂਕਿ ਜਦੋਂ ਉਹ ਇਹਨੂੰ ਤੰਗ ਕਰਦੇ ਸੀ ਉਹਨੂੰ ਇਹ ਕਹਿੰਦੇ ਸੀ ਕਿ ਤੇਰਾ ਪਿਓ ਕਿੱਥੇ ਉਹਨੂੰ ਲੱਭਣਾ ਉਹਨਾਂ ਨੇ ਕਦੀ ਇਹ ਨਹੀਂ ਕਿਹਾ ਕਿ ਆਪਣੇ ਮੂੰਹੋਂ ਕਿ ਤੂੰ ਤੂੰ ਵੀ ਗਤੀਵਿਧੀ ਕਰਦਾ ਜਾਂ ਤੇਰਾ ਵੀ ਕੋਈ ਹੱਥ ਹੈ ਉਹ ਕਹਿੰਦੇ ਬਸ ਉਹਨੂੰ ਤਾ ਕਰਕੇ ਟੰਗਦੇ ਸੀਗੇ ਕਿ ਅ ਫਾਦਰ ਨੂੰ ਲੱਭਣਾ ਚਾਹੁੰਦੇ ਸੀਗੇ ਹਨਾ ਠੀਕ ਹੈ ਤੇ ਉੱਤੇ ਕਾਫੀ ਬੈਂਸਮੂ ਛੱਲੀ ਕੀ ਨੈਕਸਸ ਕਿਦਾ ਕੀ ਉਹਦਾ ਉਹ ਹੈ ਤੇ ਅਲਟੀਮੇਟਲੀ ਕੀ ਸੀਗਾ ਕਿ ਉਹਨੂੰ ਚੇਂਜ ਕਰਨਾ ਪਿਆ ਮਿਡ ਟ੍ਰਾਇਲ ਕੀ ਇਹ ਫੈਮਿਲੀ ਪੀਐਸਜੀ ਕੀ ਫੈਮਿਲੀ ਪੀਐਸਜੀ ਵੀ ਇੱਕ ਪਰਟੀਕੂਲਰ ਸੋਸ਼ਲ ਗਰੁੱਪ ਤੇ ਇਹਦੇ ਉੱਤੇ ਹੁਣ ਕਈ ਵਾਰੀ ਕੇਸ ਲਾ ਜਿਹੜੇ ਬਦਲਦੇ ਰਹਿੰਦੇ ਆ ਜਦੋਂ ਰਿਪਬਲਿਕਨ ਗਵਰਨਮੈਂਟ ਆਂਦੀ ਆ ਉਹ ਚੇਂਜ ਕਰ ਦਿੰਦੀ ਆ ਕਿ ਫੈਮਿਲੀ ਪੀਐਸਜੀ ਦੀ ਉਹ ਡਿਫੀਨੇਸ਼ਨ ਚੇਂਜ ਕਰ ਦਿੰਦੀ ਆ ਕਿ ਫੈਮਿਲੀ ਦੇ ਵਿੱਚ ਕਿਹੜੇ ਆਂਦੇ ਆ ਕਿਹੜੇ ਨਹੀਂ ਆਂਦੇ ਆ ਸੋ ਹੁਣ ਦੇ ਸੋ ਇਹ ਆ ਕਿ ਜਿਹੜੀ ਸਰਕਾਰ ਚੱਲਦੀ ਹੈ ਜਿੱਦਾਂ ਦਾ ਕੇਸ ਲਾ ਚੱਲਦਾ ਜਿਹੜੇ ਹਾਲਾਤ ਹੁੰਦੇ ਉਹਦੇ ਥੱਲੇ ਤੁਹਾਡਾ ਕੇਸ ਦਾ ਜਿਹੜਾ ਕਾਫੀ ਇਫੈਕਟ ਜਿਹੜਾ ਹੋ ਪੈਂਦਾ ਤੇ ਫਿਰ ਉਹ ਸਿਗਾ ਕਿ ਆਪਾਂ ਫੈਮਿਲੀ ਪੀਐਸਜੀ ਚ ਕਰਤਾ ਸੀਗਾ ਕਿ ਐਜ਼ ਅ ਫੈਮਿਲੀ ਯੂਨਿਟ ਕਿ ਇੱਕ ਬੰਦਾ ਜੈ ਐਕਟ ਇੰਪਿਊਟਿਡ ਪੋਲਿਟੀਕਲ opinion ਜੇ ਤੁਸੀਂ ਨਹੀਂ ਮੰਨਦੇ ਤਾਂ ਫੈਮਿਲੀ ਪੀਐਸਜੀ ਦੇ ਥੱਲੇ ਤੁਹਾਨੂੰ ਇਹ ਪ੍ਰੂਵ ਕਰਨਾ ਪੈਣਾ ਹੂੰ ਜੀ ਸੋ ਔਨ ਦਾ ਫਲਾਈ ਕਈ ਕੁਝ ਕਰਨਾ ਪੈਂਦਾ ਆ ਸੋ ਵਕੀਲ ਦੇ ਲਈ ਵੀ ਚੈਲੰਜ ਆ ਜਿਹੜਾ ਸਾਈਲੀ ਆ ਐਪਲੀਕੈਂਟ ਆ ਉਹਦੇ ਲਈ ਵੀ ਜਿਹੜਾ ਇਹ ਕਾਫੀ ਗਸ਼ਟ ਜਿਹੜੇ ਚੈਲੰਜਸ ਜਿਹੜੇ ਹੋ ਰਹੇ ਨੇ ਆ ਤੇ ਇਸ ਤੋਂ ਤੇ ਇਹ ਦੱਸਣੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਲ ਜਿਹੜੀਆਂ ਅਸੀਂ ਨਹੀਂ ਲੈ ਸਕਾਂਗੇ ਅੱਜ ਕਾਫੀ ਜਿਆਦਾ ਜਿਹੜੇ ਹੋਰ ਵੱਖ-ਵੱਖ ਪ੍ਰੋਗਰਾਮ ਤਾਂ ਜਿਹੜਾ ਲਾਈਵ ਪ੍ਰਸਾਰਣ ਵੱਖ-ਵੱਖ ਸਮਾਂ ਤੋਂ ਜਿਹੜਾ ਹੋ ਰਿਹਾ ਆ ਉਹਦੇ ਲਈ ਟੀਮ ਜਿਹੜੀ ਉਹ ਜਾ ਰਹੀ ਆ ਸੋ ਅੱਜ ਲੰਮਾ ਸਮਾਂ ਅਸੀਂ ਨਹੀਂ ਲਾ ਸਕਾਂਗੇ ਗੱਲਬਾਤ ਜਿਹੜੀ ਥੋੜੀ ਜੀ ਹੋਰ ਕਰਕੇ विदाउट कॉल्स ਜਿਹੜਾ ਅੱਜ ਪ੍ਰੋਗਰਾਮ ਹੋਊਗਾ ਆਉਣ ਦੇ ਵੀਕਸ ਦੇ ਵਿੱਚ ਜਿਹੜੇ ਕਾਲਸ ਦਾ ਸਿਲਸਿਲਾ ਸ਼ੁਰੂ ਕਰਾਂਗੇ ਇਨਫੈਕਟ ਅਗਲੇ ਵੀਕਐਂਡ ਦੇ ਉੱਤੇ ਤਾਂ ਅਟਰਨਟੇਟ ਕਹਿਣਾ ਜੀ ਆਪਾਂ ਗੁਰਦੁਆਰਾ ਸਾਹਿਬ ਟਾਰਬੀਨਾਂ ਯੂਬਾ ਸਿਟੀ ਉੱਥੋਂ ਪ੍ਰੋਗਰਾਮ ਜਿਹੜਾ ਉਹ ਲਾਈਵ ਕਰਨਾ ਹੈ ਸੋ ਉੱਥੋਂ ਲਾਈਵ ਹੋਣਾ ਹੈ ਗੁਰਦੁਆਰਾ ਸਾਹਿਬ ਟਾਰਬੀਨਾਂ ਯੂਬਾ ਸਿਟੀ ਨੂੰ 4 ਤਰੀਕ ਨੂੰ ਸੋ ਉਹ ਵੀ ਜਿਹੜਾ ਉਹ ਦੇਖਣਾ ਪਿਛਲੇ ਕਈ ਸਾਲਾਂ ਤੋਂ ਆਪਾਂ ਲਗਾਤਾਰ ਉੱਥੋਂ ਹੀ ਕਰਦੇ ਆ ਅਟਰਨਟੇਟ ਕਹਿਣਾ ਜੀ ਨੇ ਵੀ ਉੱਥੇ ਜਿਹੜਾ ਉਹ ਪਹੁੰਚਣਾ ਹੇਗਾ ਯਾ ਤੇ ਹਾਂ ਜੀ ਮਿਲੋ ਆ ਕੇ ਉੱਥੇ ਤੇ ਵਰਤਲਾਪ ਕਰਦੇ ਫਿਰ ਤੁਹਾਡੇ ਨਾਲ ਸਾਰੀ ਬਿਲਕੁਲ ਤੇ ਫਨ ਪ੍ਰੋਗਰਾਮ ਹੁੰਦਾ ਫਨ ਇਵੈਂਟ ਹੁੰਦਾ ਹਾਂ ਨਹੀਂ ਬਿਲਕੁਲ ਜੀ ਤੇ ਸੋ ਜਰੂਰ ਸਾਰਿਆਂ ਨੇ ਉੱਥੇ ਪਹੁੰਚਣਾ ਆ ਮਿਲਣ ਦਾ ਵੀ ਤੁਹਾਨੂੰ ਮੌਕਾ ਮਿਲੂਗਾ ਗੱਲਬਾਤ ਜਿਹੜੀ ਉੱਥੇ ਕਰਨ ਦਾ ਮੌਕਾ ਮਿਲੂਗਾ ਬਾਕੀ ਤੁਸੀਂ ਸਲਾਹ ਵੀ ਲੈ ਨਹੀਂ ਹੁੰਦੇ ਆ ਸੋ ਕੋਈ ਗੱਲ ਨਹੀਂ ਜਿੰਨਾ ਸਮਾਂ ਲੱਗਦਾ ਐਟਰਨੀਟੇਟ ਕਹਿਣਾ ਜੀ ਭਾਜੀ ਕੋ ਉਹ ਉੱਥੇ ਜ਼ਰੂਰ ਤੁਹਾਡੀ ਵੱਤ ਵਤ ਜਿਹੜੀ ਮਦਦ ਕਰਨ ਦੀ ਕੋਸ਼ਿਸ਼ ਜੀ ਡਿਊ ਕਰਨਗੇ ਕਈ ਤਾਂ ਭਾਈ ਫਾਈਲਾਂ ਹੀ ਪੂਰੀਆਂ ਲਿਆਏ ਸੀਗੇ 500 600 ਵੇਜਰ ਦੀ ਆ ਉਹ ਅੱਛਾ ਇਹਨਾਂ ਨੇ ਇਹਨਾਂ ਕੰਮ ਨਹੀਂ ਹੋਣਾ ਹਨਾ ਇਹਨਾਂ ਨੇ ਫਾਈਲਿੰਗ ਕਰਨੀ ਆ ਸਾਰਾ ਦਿਨ ਇੱਕ ਤਾਂ ਤੁਹਾਡੇ ਵੱਲੋਂ ਤਾਂ ਚਲੋ 5-10 ਮਿੰਟ ਦੀ ਗੱਲ ਆ ਪਰ ਐਦਾਂ ਕੀ ਹੁਣ ਜਿੱਦਾਂ ਪਿਛਲੀ ਵਾਰ ਵੀ ਦੇਖੋ ਟਿਕਟੌਕ ਤੇ ਇੱਕ ਆਪਾਂ ਵੀਡੀਓ ਭਾਈ ਸੀਗੀ ਹੂੰ ਹੂੰ ਉਹ ਪਾਜੀ ਸਵੇਰ ਤੋਂ ਸ਼ੁਰੂ ਹੋਏ ਨਾ ਆਪਾਂ ਤੇ ਲਾਈਨ ਟੁੱਟੀ ਨਹੀਂ ਮੇਰੇ ਖਿਆਲ ਜੀ ਬਿਲਕੁਲ ਸਵੇਰ ਤੋਂ ਸ਼ੁਰੂ ਕੀਤਾ 9 ਵਜੇ ਤੋਂ ਲੈ ਕੇ ਜਦ ਤੱਕ ਸੀਗਾ ਨਹੀਂ ਅ ਲੋਕਾਂ ਦੇ ਵਾਪਸ ਜਿਹੜੀ ਖੜੀ ਸੀ ਲਾਈਨ ਟੁੱਟੀ ਨਹੀਂ ਵਿੱਚ ਫੇਕਈ ਵਿੱਚ ਸੀਗੇ ਉਹ ਕਹਿੰਦੇ ਕੋਈ ਨਹੀਂ ਆਪਣਾ ਹੈਗਾ ਤੁਸੀਂ ਖਾ ਪੀਓ ਇਦਾਂ ਕਰ ਲਓ ਉਦਾਂ ਕਰ ਲਓ ਹੁਣ ਬੰਦੇ ਪ੍ਰਸ਼ਾਦਾ ਪਾਣੀ ਲੰਗਰ ਵੀ ਸ਼ਕਣਾ ਹੈ ਬਿਲਕੁਲ ਸਹੀ ਗੱਲ ਆ ਸੋ ਇਦਾਂ ਕੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਆਓ ਤੁਸੀਂ ਮਿਲਾਂਗੇ ਤੁਹਾਨੂੰ ਜੀ ਸਾਰਿਆਂ ਨੂੰ ਸੋ ਜੋ ਵੀ ਵਧਿਆਣਾ ਐਨੋ ਲਿਵੈਂਟ ਆ ਤੇ ਆਪਣੀ ਕਮਿਊਨਿਟੀ ਦਾ ਇਵੈਂਟ ਆ ਤੇ ਆਓ ਸਾਰੇ ਜਣੇ ਸ਼ਮੂਲੀਅਤ ਦਿਓ ਆਪਣੀ ਜੀ ਤੇ ਅਟਾਰਨੀ ਜੀ ਕਹਿੰਦੇ ਜੀ ਮੈਂ ਹੁਣ ਇੱਥੇ ਜਿਹੜਾ ਪੁੱਛਣਾ ਚਾਹੁੰਦਾ ਵੀ ਰਾਈਟ ਨਾਓ ਬਾਰਡਰ ਨੂੰ ਲੈ ਕੇ ਕੀ ਸਿਚੁਏਸ਼ਨ ਆ ਤੁਹਾਡੇ ਜਿਹੜੇ ਕਲਾਇੰਟਸ ਆ ਉਹਨਾਂ ਦੇ ਵੀ ਕੋਈ ਦੋਸਤ ਮਿੱਤਰ ਨਵੇਂ ਆਏ ਹੋਣਗੇ ਜਾਂ ਉਹ ਉਹ ਕਿੱਦਾਂ ਆ ਉਥੇ ਡਿਟੈਂਸ਼ਨ ਸੈਂਟਰਸ 'ਚ ਜ਼ਿਆਦਾ ਜਾ ਰਹੇ ਆ ਵਾਪਸ ਪਰਤਾਏ ਜਾ ਰਹੇ ਆ ਕੀ ਕੀ ਸਥਿਤੀ ਜਿਹੜੀ ਚੱਲ ਰਹੀ ਹੈ ਬਾਰਡਰ ਦੇ ਉੱਤੇ ਵਾਪਸ ਵੀ ਬਹੁਤ ਹੁਣ ਪਰਤਾਣੇ ਸ਼ੁਰੂ ਕੀਤੇ ਆ ਡਿਟੈਂਸ਼ਨ 'ਚ ਵੀ ਤੇ ਬੌਂਡ ਵਾਲੇ ਕੇਸ ਵੀ ਜਿਹੜੇ ਹੁਣ ਕਾਫੀ ਜਿਹੜੇ ਉਹ ਆ ਰਹੇ ਆ ਸੋ ਬੌਂਡ ਦੇ ਕੇਸ ਦੇ ਵਿੱਚ ਇਸ ਟਾਈਮ ਕੀ ਕੋਈ ਡਿਫਿਕਲਟੀਜ਼ ਆ ਕੀ ਕੀ ਰਾਈਟ ਨਾਉ ਉਹਨਾਂ ਦੇ ਕੇਸ ਦੇ ਵਿੱਚ ਕੀ ਕੀ ਸਥਿਤੀ ਜਿਹੜੀ ਉਹ ਚੱਲ ਰਹੀ ਆ ਔਖੀ ਮਿਲ ਰਹੀ ਆ ਬੌਂਡਸ ਜਾਂ ਕਿਦਾਂ ਆ ਕਈ ਹੁਣ ਜਿਹੜੇ ਜੱਜਾਂ ਨੇ ਉਹਨਾਂ ਨੇ ਸਟ੍ਰਿਕਟ ਜੱਜ ਦਾ ਲੂਇਜ਼ੀਆਨਾ ਕੋਰਟ ਦੇ ਵਿੱਚ ਕਈ ਹੈਗੇ ਹੋਣਾ ਬਿਆਨ ਪਾਸ ਵੀ ਬੰਦੇ ਦੇ ਹੋਗੇ ਉਹਨੂੰ ਜੇਲ੍ਹ ਚ ਛੱਡਦੇ ਨਹੀਂ ਕਈ ਕਈ ਜੱਜ ਅੱਛਾ ਉਹ ਤੋਂ ਜੇਲ੍ਹ ਤੇ ਹੈਗੇ ਜਿਹੜਾ ਕੇਸ ਉਹ ਕਰ ਹੂੰ 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 ਠੀਕ ਤੇ ਜ਼ਿਆਦਾਤਰ ਜਿਹੜੇ ਜੱਜ ਆਹੋ ਛੱਡ ਦਿੰਦੇ ਆ ਕਈਆਂ ਦਾ ਐਦਾਂ ਹੁੰਦਾ ਕਿ ਉਹ ਨਹੀਂ ਛੱਡਦੇ ਪਰ ਬਾਅਦ ਚ ਹੋਰ ਬੈਚ ਆ ਜਾਂਦਾ ਲੋਕਾਂ ਦਾ ਜੇਲ੍ਹ ਚ ਹੁਣ ਜਗ੍ਹਾ ਤਾਂ ਉੰਨੀ ਕਾ ਕੇ ਕਈ ਵਾਰੀ ਉਹਨਾਂ ਤੇ ਛੱਡਣਾ ਪੈਂਦਾ ਸੋ ਐਦਾਂ ਦਾ ਕੰਮ ਚੱਲਦਾ ਵੇ ਆਪਾਂ ਦੇਖਿਆ ਸੀਗਾ ਰੀਸੈਂਟਲੀ ਕੈਲੀਫੋਰਨੀਆ ਦੇ ਇੱਕ ਸ਼ਹਿਰ ਦੇ ਵਿੱਚ ਬੱਸਾਂ ਦੀਆਂ ਬੱਸਾਂ ਜਿਹੜੀਆਂ ਉਹ ਛੱਡ ਕੇ ਆਏ ਸੀ ਸ਼ਹਿਰ ਵਾਲੇ ਸੋ ਸੋ ਆਂਕੜਾ ਕਾਫੀ ਜ਼ਿਆਦਾ ਵਧ ਰਿਹਾ ਹੁਣ ਦੇਖ ਲਓ ਵੀ ਇਹ ਦੌਰ ਕਿੱਡੀ ਜਲਦੀ ਚੇਂਜ ਹੋਇਆ ਆ ਇਸ ਸਾਲ ਦੇ ਸ਼ੁਰੂਆਤ ਚ ਆਪਣੇ ਇਹੀ ਸੀਗਾ ਵੀ ਬਾਰਡਰ ਤੇ ਪੁੱਛਦਾ ਕੋਈ ਨਹੀਂ ਜਿੱਦਾਂ ਵੀ ਆ ਰਹੇ ਆ ਸਾਰਿਆਂ ਨੂੰ ਛੱਡ ਰਹੇ ਆ ਤੇ ਹੁਣ ਤੁਸੀਂ ਦੇਖ ਲਓ ਵੀ ਵਾਪਸ ਵੀ ਘੱਲ ਰਹੇ ਆ ਫਲਾਈਟਾਂ ਵੀ ਜਾ ਰਹੀਆਂ ਆ ਤੇ ਜਾਂ ਡਿਟੈਂਸ਼ਨ ਸੈਂਟਰ ਚਾ ਬਾਂਡ ਵੀ ਨਹੀਂ ਜਿਹੜਾ ਉਹ ਮਿਲ ਰਿਹਾ ਸੇਮ ਹੀ ਸਰਕਾਰ ਆ ਇਹ ਵੀ ਨਹੀਂ ਵੀ ਸਰਕਾਰ ਬਦਲੀ ਆ ਸਰਕਾਰ ਵੀ ਉਹੀ ਆ ਤੇ ਰਵਈਆ ਦੇਖੋ ਕਿੱਡੀ ਜਲਦੀ ਬਦਲਿਆ ਆ ਨਹੀਂ ਹੁਣ ਇਦਾਂ ਕਿ ਇਲੈਕਸ਼ਨ ਇਅਰ ਉਹ ਸ਼ਾਇਦ ਨਹੀਂ ਮੈਨੂੰ ਪਤਾ ਕਿ ਇਹਦਾ ਨਾ ਬੜਾ ਫੇਮਸ ਡਾਇਲੋਗ ਸੀਗਾ ਹੂੰ ਕਹਿੰਦਾ ਸਰਦ ਕੇ ਕਹਿੰਦਾ ਹਾਲਾਤ ਬਹੁਤ ਕਹਿੰਦਾ ਵਿਗੜੇ ਲੱਗਦੇ ਹਨ ਦੇਖੋ ਭਾਈ ਮੁਲਕ ਮੇ ਇਲੈਕਸ਼ਨ ਤੋਂ ਨਹੀਂ ਹੈ ਹਾਂ ਚੋਣਾਂ ਦਾ ਟਾਈਮ ਆ ਚੋਣਾਂ ਦਾ ਟਾਈਮ ਆ ਤੇ ਉਹ ਜਿਹੜੀ ਹੁਣ ਪਾਲਿਸੀ ਹੈ ਨਾ ਕਿ ਅ ਪਹਿਲਾਂ ਬਣਿਆ ਐਲਜੀਬੀਟੀ ਕੁਲਾ ਮੁੱਦਾ ਜਦੋਂ 4 ਸਾਲ ਰਹਿੰਦੇ ਹੀ ਉਦੋਂ ਪਿਆ ਐਲਜੀਬੀ ਡੀਜੀ ਵਾਲਾ ਮੁੱਦਾ ਦੂਜੀ ਵਿਰੋਧੀ ਪਾਰਟੀ ਨੇ ਕਿ ਇਦਾਂ ਕਰਦੇ ਸਕੂਲ ਸਿਸਟਮ ਵਾਲਾ ਹੂੰ ਫਿਰ ਪੈ ਗਿਆ ਜੀ ਇਮੀਗ੍ਰੇਸ਼ਨ ਵਾਲਾ ਮੁੱਦਾ ਹੂੰ ਕਿ ਤੇ ਉਹ ਜਿਹੜਾ ਇਮੀਗ੍ਰੇਸ਼ਨ ਸੀਗਾ ਬਾਈਡਨ ਜਿਹੜੇ ਸੀਗੇ ਉਹ ਕਹਿੰਦੇ ਕਿ ਆਪਾਂ ਪ੍ਰੋ ਇਮੀਗ੍ਰੇਸ਼ਨ ਇਹਨਾਂ ਨੂੰ ਡਿਪੋਰਟ ਨਹੀਂ ਕਰਨਾ ਤੋਂ ਲੈ ਕੇ ਹੁਣ ਆਪ ਡਿਪੋਰਟ ਕਰ ਰਿਹਾ ਕਿ ਸਵਿੰਗ ਪਾਰਟੀ ਉਹਨਾਂ ਦੇ ਕਿ ਇੰਨੇ ਜ਼ਿਆਦਾ ਮਿਲੀਅਨ ਆਫ ਹੋ ਗਏ ਇੱਕੋ ਪ੍ਰੈਜ਼ੀਡੈਂਟ ਦੇ ਕਾਰਾਕਾਲ ਦੇ ਵਿੱਚ ਗੇਟ ਖੋਲੇ ਤਾਂ ਗੇਟ ਬੰਦ ਕਰਨੇ ਪਏ ਕਿਉਂ ਕਿ ਇੱਕ ਅੰਤ ਤਾਂ ਹੁੰਦਾ ਨਾ ਚੀਜ਼ ਦਾ ਹੁਣ ਏਦਾਂ ਤਾਂ ਹੈ ਨਹੀਂ ਕਿ ਸਾਰੀ ਦੁਨੀਆ ਉਹਨਾਂ ਨੇ ਵੈਲਕਮ ਕਰ ਲੈਣੀ ਹੂੰ 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 ਜਿਹੜੇ ਹੁਣ ਕਈ ਵਾਰੀ ਕਲਾਇੰਟ ਵੀ ਉਹਨਾਂ ਤੋਂ ਓਦਾਂ ਪੁੱਛ ਲੀਦਾ ਕਿ ਇਸ ਹਿਸਾਬ ਕਿਤਾਬ ਚੱਲਦੇ ਆ ਸਟੋਰਾਂ ਸਟੋਰਾਂ ਤੇ ਕੰਮਕੁਮ ਕਿਦਾਂ ਉਹਨਾਂ ਦੇ ਬੁਰੇ ਹਾਲ ਆ ਬੰਦੇ ਬਹੁ ਆ ਗਏ ਆ ਮੰਦੀ ਆਈ ਆ ਮੰਦੀ ਆਈ ਹੋਈ ਆ ਤੇ ਕਈਆਂ ਦਾ ਤਾਂ ਹੁਣ ਏਦਾਂ ਕਿ ਰਹਿਣ ਸੈਣ ਕਹਿੰਦਾ ਕਹਿੰਦਾ ਭਾਜੀ ਉਹ ਕਹਿੰਦਾ ਰਹਿਣ ਸੈਣ ਕਰ ਲਓ 500 ਡਾਲਰ ਦੇ ਦਿਓ ਮੈਂ ਏਦਾਂ ਕਰ ਲਓ ਮੈਂ ਕਹਿੰਦਾ ਯਾਰ ਫਿਰ ਇੰਡੀਆ ਹਾਲਾਤ ਨੇ ਤਾਂ ਬੰਦਾ ਮੈਂ ਕਿਹਾ ਮੈਕਸੀਕੋ ਚ ਬਣਾ ਲੈਂਦਾ ਹਣਾ ਪੈਸੇ ਫਿਰੇ ਦੇ ਹਿਸਾਬ ਨਾਲ ਤਾਂ ਹਨਾ ਹੂੰ ਹੂੰ ਤੇ ਉਹ ਮੰਦੀ ਬੜੀ ਆਈ ਆ ਟਰਕਿੰਗ ਵਾਲਿਆਂ ਦਾ ਵੀ ਕਹੀ ਜਾਂਦਾ ਹਨਾ ਹੁਣ ਇਹ ਸਾਈਕਲ ਜਿਹੜਾ ਹੈਗਾ ਜਾਂਦਾ ਜਦੋਂ ਹੁਣ ਕੋਵਿਡ ਦੇ ਵਿੱਚ ਸੀਗੀ ਲੇਬਰ ਦੀ ਸ਼ਾਰਟੇਜ ਪੈ ਗਈ ਸੀਗੀ ਤੇ ਸਟੋਰਾਂ ਨੂੰ ਵਰਕਰ ਲੱਭਦਾ ਨਹੀਂ ਸੀਗਾ ਹੂੰ ਹੂੰ ਤੇ ਮਿੰਤਾ ਕਰ ਕਰਕੇ ਕਰਦੇ ਸੀ ਸੋ ਇਹ ਸਾਈਕਲ ਹੀ ਹੁਣ ਜਿੱਦਾਂ ਚੱਲਦਾ ਹੁਣ ਜਿਹੜਾ ਗੇਟ ਹੁਣ ਕਹਿੰਦਾ ਮਤਲਬ ਹੈ ਕਿ ਜੇ ਗੇਟ ਬਿਲਕੁਲ ਵੀ ਖੁੱਲਿਆ ਵਾ 100% ਹੂੰ ਡਿਮਾਂਡ ਸਪਲਾਈ ਵਾਲਾ ਵੀ ਚੱਕਰ ਹੈ ਨਾ ਇਹਨਾਂ ਦਾ ਹੁਣ ਜੌਬਸ ਦਾ ਕੀ ਕਿੰਨੀਆਂ ਇੱਕ ਜੌਬਸ ਕ੍ਰੀਏਟ ਹੁੰਦੀਆਂ ਐ ਇਮੀਗ੍ਰੈਂਟਸ ਨਾਲ ਕਿੰਨੀਆਂ ਕੋ ਜੌਬਾਂ ਜਾਂਦੀਆਂ ਉਹਨਾਂ ਦੀ ਉਹ ਵਾਲੇ ਫੈਕਟਰ ਜਿਹੜੇ ਹੈਗੇ ਆ ਉਹਦਾ ਹੁਣ ਮੁੱਦਾ ਹੋਣਾ ਇਹਨਾਂ ਨੂੰ ਗੇਟ ਉਹਦੇ ਕਰਕੇ ਬੰਦ ਕਰਨਾ ਜਿਹੜਾ ਪੈ ਰਿਹਾ ਕਿਉਂਕਿ ਜਿਹੜਾ ਇਨਫਰਾਸਟ੍ਰਕਚਰ ਸੀਗਾ ਸਕੂਲ ਸਿਸਟਮ ਪਬਲਿਕ ਸਕੂਲਾਂ ਦਾ ਤਾਂ ਹੁਣ ਇਦਾਂ ਆ ਕਿ ਜਿਹੜਾ ਉਹ ਵਾਲੇ ਡਿਸਟ੍ਰਿਕਟ ਚ ਜਿੰਨੇ ਘਰ ਲੈ ਲਿਆ ਉਹਨੂੰ ਕਈ ਸਕੂਲਾਂ ਦੇ ਵਿੱਚ ਐਡਮਿਸ਼ਨ ਦੇਣੀਆਂ ਹੀ ਪੈਂਦੀ ਐ ਹਾਂਜੀ ਸਹੀ ਗੱਲ ਹੈ ਜਿਹੜਾ ਉੱਥੇ ਰਹਦੇ ਆ ਉਹਨੂੰ ਮਿਲਣੀ ਆ ਬਿਲਕੁਲ ਹੁਣ ਕਿੱਥੇ ਜੇ ਕਹ ਲੈ ਤੁਸੀਂ 15 ਸਟੂਡੈਂਟ ਸੀਗੇ ਉਹ ਕਹਿੰਦੇ ਹੁਣ 100 ਸਟੂਡੈਂਟ ਆ ਤੇ ਟੀਚਰ ਜਿਹੜੇ ਹੈਗੇ ਆ ਉਹ ਕਈ ਵਾਰੀ ਸਕੂਲਾਂ ਤੇ ਦੇਖੀਦਾ ਉਹ ਕਹਿੰਦੇ ਇੱਕ ਸਾਲ ਤਾਂ ਕਹਿੰਦੇ ਜਿੱਦਾਂ ਫਿਜ਼ਿਕਸ ਬਾਇਓਕੈਮਿਸਟਰੀ ਤਿੰਨ ਪੜ੍ਹਨੇ ਆ ਉਹ ਕਹਿੰਦੇ ਕਿ ਨਹੀਂ ਫਿਜ਼ਿਕਸ ਹੀ ਪੜ੍ਹਨੀ ਕੈਮਿਸਟਰੀ ਬਾਇਓ ਵਾਲੇ ਵੀ ਤਾਂ ਨੂੰ ਆਪਸ਼ਨ ਉਹ ਅਗਲੇ ਸਾਲ ਫੇ ਇਕੱਠੀ ਕੈਮਿਸਟਰੀ ਉੱਤੋਂ ਅਗਲੇ ਸਾਲ ਤੇ ਐਦਾਂ ਦੇ ਹੁਣ ਮੈਂ ਕਿਹਾ ਜਦੋਂ ਲੋਕ ਜਿਹੜੇ ਅਮਰੀਕਨ ਪ੍ਰੋ ਇਮੀਗਰੈਂਟ ਵੀ ਸੀਗੇ ਜਦੋਂ ਉਹਨਾਂ ਤੇ ਸਟੇਨ ਪੈ ਗਿਆ ਅੱਛਾ ਉਹਨਾਂ ਦੇ ਜਵਾਕ ਦਾ ਤਾਂ ਜਿਮ ਚੱਲ ਗਿਆ ਜਿਮਾਂ ਚੜ ਨੇ ਰਿਫਿਜੀ ਰੱਖਤੇ ਤੇ ਉਹਨਾਂ ਦਾ ਵੀ ਕਾਲੇ ਇਦਾਂ ਹੀ ਰਹਿੰਦੇ ਆ ਹੁਣ ਨਿਊਯਾਰਕ ਵਾਲੇ ਸਿਟੀ ਵਾਲੇ ਇਦਾਂ ਹੀ ਹੋ ਰਹੇ ਆ ਉਹ ਜਿਹੜੇ ਲੋਕੀ ਸੀਗੇ ਉਹ ਹੁਣ ਕਹਿੰਦੇ ਕਿ ਨਹੀਂ ਇਹ ਤਾਂ ਬਹੁਤ ਜ਼ਿਆਦਾ ਹੈ ਨਾ ਬਾਈਡਨ ਤੇ ਪ੍ਰੈਸ਼ਰ ਜਿਹੜਾ ਪੈ ਗਿਆ ਹੂੰ ਕਹਿੰਦਾ ਸੀ ਕਿ ਇਦਾਂ ਛੋਟੀ ਮੋਟੀ ਸ਼ਾਪ ਲਿਫਟਿੰਗ ਦਾ ਕੁਝ ਕਰਨਾ ਨਹੀਂ ਹੂੰ 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 ਪਹਿਲਾਂ ਉਧਰਲੇ ਪਾਸੇ ਨੂੰ ਜਨਤਾ ਹੋਈ ਸੀਗੀ ਹੁਣ ਲੁੱਟਖੋ ਇੰਨੀ ਵੱਧ ਗਈ ਸੈਨਫੈਸਕੋ ਦਾ ਸਟੋਰਾਂ ਦੇ ਸਟੋਰ ਜਿਹੜੇ ਬੰਦ ਹੋਣ ਲੱਗੇ ਆ ਮੇਜਰ ਜਿਹੜੇ ਸੈਲਰ ਉਹ ਚਲ ਗਏ ਤੇ ਹੁਣ ਉਹੀ ਜਿਹੜੇ ਲੋਕ ਸੀਗੇ ਉਹ ਕਹਿੰਦੇ ਕਿ ਨਹੀਂ ਆਰੇ ਤਾਂ ਗਲਤ ਆਏ ਤਾਂ ਹੁਣ ਲੁੱਟਖੋ ਲੋੜ ਨਾਲ ਹੁਣ ਤਾਂ ਤੁਰੇ ਜਾਂਦੇ ਹੀ ਸੈਨਫੈਸਕੋ ਚ ਵੀਡੀਓ ਰੈੱਡ ਲਾਈਟ ਤੇ ਗੱਡੀਆਂ ਤੋੜ ਕੇ ਵਿੱਚੋਂ ਬਾਹਰ ਕੱਢ ਲੈਂਦੇ ਆ ਉਸ ਤੋਂ ਬਾਅਦ ਅੱਗੇ ਕੀ ਸੀਗਾ ਹੁਣ ਬੰਦਾ ਗੈਸ ਸਟੇਸ਼ਨ ਤੇ ਕੜਾ ਹੱਥ ਹੋਣ ਕੋਈ ਕਿਚ ਤੋਂ ਸ਼ੁਰੂ ਹੋ ਗਈ ਹੈ ਇਹ ਤੋਂ ਅੱਗੇ ਕੀ ਫਿਰ ਤੋਂ ਅੱਗੇ ਤਾਂ ਫਿਰ ਹਨੇਰਗ ਨਗਰੀ ਆ ਗਈ ਫਿਰ ਤਾਂ ਮਟਰ ਤੇ ਗੱਲ ਆ ਗਈ ਤਾਂ ਉਹ ਆਤ ਵੀ ਹੁਣ ਹੋ ਰਹੀ ਹੈ ਆਪਣੇ ਕਿੰਨੇ ਮੁੰਡੇ ਆਲਰੇਡੀ ਕਿਸੇ ਦੇ ਚਾਕੂ ਵੱਜ ਜਾਂਦਾ ਕਿਸੇ ਦੇ ਗੋਲੀ ਵੱਜ ਜਾਂਦੀ ਕਿੰਨਾ ਇਹ ਇਸ ਚੀਜ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਹਾਂਜੀ ਫਿਰ ਆਪਣਾ ਸਿਗਾ ਕਿ ਜਿਹੜਾ ਇਹਨਾਂ ਦਾ ਮੈਸੇਜ ਹੈਗਾ ਪੀਸ ਵਾਲਾ ਹੁਣ ਯੁੱਧ ਛਿੜ ਗਿਆ ਜੀ ਪੈਲੇਸਟਾਈਨ ਤੇ ਇਜ਼ਰਾਈਲ ਤੇ ਹੁਣ ਜਿਹੜਾ ਪੀਸ ਤੇ ਨਿਊਟਰੈਲਟੀ ਦਾ ਉਹ ਡਰੇ ਨਾ ਹੁਣ ਪੋਜੀਸ਼ਨ ਆਪਣੀਆਂ ਪੋਲਿਟਿਕਸ ਵਾਲੀਆਂ ਲੈਣੀਆਂ ਪੈ ਰੀਆਂ ਸਾਥੀਆਂ ਦਾ ਸਾਥ ਦੇਣਾ ਪੈ ਰਿਆ ਜਦੋਂ ਕਈ ਵਾਰੀ ਉਹ ਚੀਜ਼ ਹੁੰਦੀ ਹੈ ਫਿਰ ਦੋਨੋਂ ਪਾਰਟੀਆਂ ਦੇਖੋ ਤੁਸੀਂ ਰਲ ਵੀ ਜਾਂਦੀਆਂ ਫਟਾਫਟ ਕੇ ਇੰਨੇ ਪੈਸੇ ਭੇਜਣੇ ਨਹੀਂ ਆਹ ਹੁਣ ਦੇਖੋ ਇਜ਼ਰਾਈਲ ਦੇ ਮਤੇ ਦੇ ਉੱਤੇ 400 ਤੋਂ ਵੱਧ ਲੋਕਾਂ ਨੇ ਸਮਰਥਨ ਨਹੀਂ ਕੀਤਾ ਆਹੋ ਦੇਖ ਲਓ ਸੀਜ਼ਫਾਇਰ ਜਦੋਂ ਗੱਲ ਆਈ ਸੀ ਉਦੋਂ ਯੂਐਸਸੀ ਸੀਗਾ ਜਿਹੜਾ ਯੂਨ ਦੀ ਅਸੈਂਬਲੀ ਜਿਹੜੀ ਸਕਿਉਰਿਟੀ ਕੌਂਸਲ ਚ ਉਹਨਾਂ ਨੇ ਇਸ ਦੇ ਉਲਟ ਸੀਗੇ ਸੋ ਇਹ ਹਾਲਾਤ ਦੇਖੋ ਇਦਾਂ ਬਦਲਦੇ ਰਹਿੰਦੇ ਆ ਹੁਣ ਟੈਕਸਸ ਦੇ ਵਿੱਚ ਦੋ ਤਿੰਨ ਬਿਲ ਪਾਸ ਹੋਇਆ ਰੀਸੈਂਟਲੀ ਇਹ ਦੋ ਬਿਲ ਬੜੇ ਅਹਿਮ ਪਾਸ ਹੋਏ ਉਹਨਾਂ ਦੇ ਲੋਕਲ ਲੈਜਿਸਲੇਸ਼ਨ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ 1 ਬਿਲੀਅਨ ਡਾਲਰ ਬਾਰਡਰ ਬੈਰੀਅਰਸ ਬਣਾਉਣ ਦੇ ਲਈ ਸਾਈਡਰ ਤੇ ਰੱਖਿਆ ਆ ਤੇ ਇੱਕ ਹੋਰ ਬਿਲ ਜਿਦਾ ਬਿਲ ਹਾਊਸ ਬਿਲ ਨੰਬਰ 4 ਆ ਜਿੱਥੇ ਲੋਕਲ ਪੁਲਿਸ ਨੂੰ ਉਹ ਅਧਿਕਾਰ ਦੇ ਰਹੇ ਆ ਜਿਹੜੇ ਇਦਾਂ ਬਾਰਡਰ ਟੱਪ ਕੇ ਆ ਰਹੇ ਆ ਮਾਈਗ੍ਰੈਂਟਸ ਆ ਉਹਨਾਂ ਨੂੰ ਅਰੈਸਟ ਕਰਨ ਦਾ ਤੇ ਨਾਲ ਡਿਪੋਰਟ ਕਰਨ ਦਾ ਹੁਣ ਇਹ ਫੈਡਰਲ ਦਾ ਜਿਹੜਾ ਕੰਮ ਆ ਫੈਡਰਲ ਲਾ ਇਨਫੋਰਸਮੈਂਟ ਦਾ ਕੰਮ ਆ ਲੋਕਲ ਲਾ ਇਨਫੋਰਸਮੈਂਟ ਦੇ ਹੱਥ ਦੇ ਵਿੱਚ ਆ ਰਿਐਸੂ ਸੋ ਇਦਾਂ ਦੇ ਜਦੋਂ ਬਿੱਲ ਆਉਂਦੇ ਆ ਟੈਕਸਿਸ ਦੇ ਵਿੱਚ ਜਾਂ ਹੋਰ ਕਿਸੇ ਵੀ ਥਾਵਾਂ ਦੇ ਉੱਤੇ ਉਹਨਾਂ ਦਾ ਉਹਨਾਂ ਦਾ ਕੀ ਅਸਰ ਆਪਾਂ ਦੇਖਦੇ ਹਾਂ ਇਦਾਂ ਦੇ ਇਮੀਗ੍ਰੇਸ਼ਨ ਦੇ ਉੱਤੇ ਜਿਹੜੇ ਬਿੱਲ ਹੁੰਦੇ ਇਹਨਾਂ ਨੂੰ ਲਾ ਨੂੰ ਤਾਂ ਚੈਲੰਜ ਕਰਨਾ ਪੈਂਦਾ ਕੋਰਟ ਦੇ ਵਿੱਚ ਕਿ ਇਹ ਅਨ ਕਨਸਟੀਟਿਊਸ਼ਨਲ ਆ ਜਾਂ ਪਾਵਰ ਆਪਣੀਆਂ ਵਧ ਕਰ ਰਹੇ ਆ ਉਹਨਾਂ ਨੇ ਵੀ ਕੋਈ ਦਫਾਤਾਰਾ ਲਾਉਗੇ ਕਿ ਇਸ ਨੈਸ਼ਨਲ ਐਮਰਜੈਂਸੀ ਹੋ ਗਈ ਹੁਣ ਨੈਸ਼ਨਲ ਐਮਰਜੈਂਸੀ ਥੱਲੇ ਸਾਨੂੰ ਡਿਜ਼ਾਸਟਰ ਨੂੰ ਜਿਹੜਾ ਪ੍ਰੀਵੈਂਟ ਕਰਨਾ ਪੈਂਦਾ ਫਿਰ ਜਿਹੜਾ ਕੋਡ ਆ ਉਹ ਦੇਖੂਗਾ ਕਿ ਇਹ ਵਾਕਈ ਨੈਸ਼ਨਲ ਅਮਰਜੰਸੀ ਸੀਗੀ ਕਿ ਨਹੀਂ ਸੀਗੀ ਸੋ ਮੈਨੂੰ ਪਤਾ ਨਹੀਂ ਹੁੰਦਾ ਮੈਂ ਸਿਵਲ ਇਟੀਕੇਸ਼ਨ ਲਾਇਰ ਤਾਂ ਨਹੀਂ ਹੈਗਾ ਪਰ ਇਹਨਾਂ ਦਾ ਵੀ ਕਾਫੀ ਇੰਟਰਸਟਿੰਗ ਹੁੰਦਾ ਤੇ ਲਾ ਜਦੋਂ ਪਾਸ ਹੁੰਦਾ ਫਿਰ ਉੱਤੇ ਬਹਿਸ ਹੁੰਦੀ ਕਿ ਇਹ ਜਾਇਜ਼ ਆ ਕਿ ਨਜਾਇਜ਼ ਆ ਹਨਾ ਤੇ ਵਿੱਚ ਕਈ ਬੰਦੇ ਜਿਹੜੇ ਪੇਲੇ ਜਾਂਦੇ ਆ ਹੂੰ ਜੀ ਹੁਣ ਹੁਣ ਜਦੋਂ ਤੁਸੀਂ ਕਿਹਾ ਵੀ ਰਾਸ਼ੀ ਮੰਗ ਲਈ ਆ ਹੁਣ ਪ੍ਰੈਜ਼ੀਡੈਂਟ ਬਾਈਡਨ ਨੇ ਵੀ 100 ਬਿਲੀਅਨ ਡਾਲਰ ਮੰਗਿਆ ਵਿੱਚੇ ਹੀ ਇਜ਼ਰਾਈਲ ਲਈ ਵਿੱਚੇ ਹੀ ਯੂਕਰੇਨ ਲਈ ਵਿੱਚੇ ਹੀ ਸਦਰਨ ਬਾਰਡਰ ਦੇ ਲਈ ਸੋ ਚੁੱਪਚੀ ਪਿੱਤੇ ਚੀਜ਼ਾਂ ਵੱਧ ਰਹੀਆਂ ਆ ਸੀਵੀਪੀ ਵਾਲੇ ਨਵੀਂ ਹਾਇਰਿੰਗ ਆਈ ਸਾਰੇ ਹਾਇਰਿੰਗ ਸਭ ਕੁਝ ਚੱਲ ਰਿਹਾ ਐ ਇਸ ਟਾਈਮ ਨਾਲ ਨਾਲ ਉਹਦਾ ਆਪਣਾ ਦਾ ਸਿਆਣੇ ਸੀਗਾ ਜਿਹੜਾ ਰੇਡੀਓ ਸ਼ੋਅ ਤੇ ਕੀਤਾ ਸੀ ਅੰਕੜੇ ਜਿਹੜੇ ਆ ਕਿ ਇੱਕ ਜਿੱਦਾ ਮੀਟਰ ਦੀ ਕੰਧ ਆ ਉਹਦੇ ਪਤਾ ਨਹੀਂ ਕਿੰਨੇ ਮਿਲੀਅਨ ਡਾਲਰ ਜਿੱਦਾ ਲੈਂਦੇ ਹੈਗੇ ਹਾਂ 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 ਤੇ ਮੈਂ ਕਿਹਾ ਹੁਣ ਗੱਲ ਇਦਾਂ ਟਰੰਪ ਉਹਨਾਂ ਨੇ ਕਿਹੜਾ ਆਮ ਬੰਦੇ ਨੂੰ ਭੇਜਣਾ ਕਿ ਕਿਹੜਾ ਸਸਤਾ ਉਹਨੂੰ ਜਾ ਉਹਨਾਂ ਨੇ ਵੀ ਫਿਰ ਆਪਣੇ ਸੱਜਣ ਮਿੱਤਰਾਂ ਨੂੰ ਭੇਜਣਾਗੇ ਭਾਈ ਕੰਧ ਬਣਾ ਵਧੀਆ ਸੋਨੇ ਵਾਲੀ ਜਿਹੜੀ ਲਿਸਟੇਦਾਰ ਆਏਗਾ ਖਰਚੀ ਐ ਕਿੱਥੇ ਸਰਚੀ ਐ ਕਿੱਥੇ ਸੋ ਇਹ ਸਾਰਾ ਕੁਝ ਇਸ ਟਾਈਮ ਚੱਲ ਰਿਹਾ ਹੈ ਹਾਲਾਤ ਕਾਫੀ ਜ਼ਿਆਦਾ ਕੁਝ ਮਹੀਨਿਆਂ ਦੇ ਵਿੱਚ ਬਦਲ ਚੁੱਕੇ ਆ ਕੀ ਆਪਾਂ ਉਦਾਂ ਇਹ ਦੇਖ ਰਹੇ ਆ ਅਟਰਨੀ ਟੇਕ ਕਹਿੰਦਾ ਜੀ ਵੀ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਵੀ ਜਿਹੜਾ ਵੱਧ ਰਿਹਾ ਹੈ ਦੇਸ਼ ਦੇ ਵਿੱਚ ਇਹਦੇ ਨਾਲ ਇਹਦਾ ਹੁਣ ਨੇਟਿਵ ਅਮਰੀਕਨ ਇਹਨਾਂ ਨੂੰ ਕਹਿੰਦੇ ਸੀ ਪਹਿਲਾਂ ਤੁਸੀਂ ਨਾ ਆਓ ਸਾਡੇ ਦੇਸ਼ ਹਨ ਹੁਣ ਇਹ ਆ ਗਏ ਇਹਨਾਂ ਨੇ ਪਹਿਲਾਂ ਇਟਾਲੀਅਨ ਨੂੰ ਕਿਹਾ ਨਾਓ ਫਿਰ ਉਹਨਾਂ ਨੇ ਅੱਗੇ ਉਹਨਾਂ ਨੂੰ ਪੋਲਿਸ਼ ਹੋ ਲੈਣੋ ਕਿਹਾ ਫਿਰ ਉਹਨਾਂ ਨੇ ਅੱਗੇ ਆਇਰਿਸ਼ ਵਾਲੇ ਨੂੰ ਕਿਹਾ ਕਿੱਦਾਂ ਵਾ ਫੇਰ ਮੈਕਸੀਕੋ ਤੇ ਗੱਲ ਆ ਗਈ ਫੇਰ ਇੰਡੀਆ ਤੇ ਗੱਲ ਆ ਗਈ ਹੁਣ ਇਦਾਂ ਹੀ ਆ ਤਾਂ ਹੁਣ ਏਜੀਪਟ ਨੇ ਵੀ ਹੁਣ ਜਿੱਦਾਂ ਦੇਖੋ ਤੁਸੀਂ ਪੈਲੇਸਟਾਈਨ ਆਪਣੇ ਦਰਵਾਜ਼ੇ ਬੰਦ ਕੀਤੇ ਹਨਾ ਕਿ ਰਿਫਿਜੀ ਆਣੇ ਨਹੀਂ ਕਹਿੰਦਾ ਉੱਥੇ ਰੋ ਕਹਿੰਦਾ ਹੂੰ ਤੁਹਾਡਾ ਕਹਿੰਦਾ ਹੱਕ ਬਣਦਾ ਕਹਿੰਦਾ ਪੈਲੇਸਟਾਈਨ ਤੁਹਾਡਾ ਦੇਸ਼ ਆ ਕਹਿੰਦਾ ਤਾਂ ਕਰਕੇ ਆਪਾਂ ਕਹਿੰਦਾ ਦਰਵਾਜ਼ੇ ਐਡੇ ਬੰਦ ਕੀਤੇ ਆ ਕਿ ਤੁਸੀਂ ਉਹਨੂੰ ਛੱਡ ਕੇ ਨਾ ਉਹ ਗੋਲੀਆਂ ਗੋਲੀਆਂ ਖਾਓ ਕਹਿੰਦਾ ਉੱਥੇ ਬੰਬ ਦੇ ਥੱਲੇ ਆਓ ਮਰੋ ਉਹਦੇ ਵਿੱਚ ਹਾਂ ਸੋ ਬਿਲਕੁਲ ਸੋ ਤੇ ਅੱਜਕਾਜ਼ ਜਿਹੜੀਆਂ ਅਸੀਂ ਨਹੀਂ ਲੈ ਰਹੇ ਉਸ ਤੇ ਲਈ ਮਾਫੀ ਆਉਂਦੇ ਵੀਕਸ ਦੇ ਵਿੱਚ ਟਰਾਈ ਕਰਾਂਗੇ ਅਗਲੇ ਵੀਕ ਪਰੇ ਜਿਹੜਾ ਪ੍ਰੋਗਰਾਮ ਆ ਅਪਡੇਟ ਇਮੀਗ੍ਰੇਸ਼ਨ ਦਾ ਅਲਟਰਨੇਟਿਵ ਕਹਿਣਾ ਜੀ ਆਪਣੇ ਨਾਲ ਗੋਰਜ਼ਾ ਸੈਪਟਾਰਾ ਬਿਨੈ ਯੂਨੀਵਰਸਿਟੀ ਉੱਥੋਂ ਸਿੱਧਾ ਪ੍ਰਸਾਰਣ ਜਿਹੜਾ ਉਹ ਆਪਾਂ ਕਰਾਂਗੇ ਸੋ ਜੁੜੇ ਰਹੋ ਇਦਾਂ ਹੀ ਤੇ ਹੁਣ ਲਈ ਹੈ ਜੀ ਫਿਰ ਆਪਾਂ ਇਜਾਜ਼ਤ ਜਾਂਦੇ ਜਾਂਦੇ ਅਲਟਰਨੇਟਿਵ ਕਹਿਣਾ ਜੀ ਕੁਝ ਵੀ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਗੱਲ ਕਹਿਣਾ ਚਾਹੁੰਦੇ ਆ ਜਾਣ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਇਹ ਹੀ ਆ ਕਿ ਭਾਈ ਇਹ ਰੇਡੀਓ ਚੈਨਲ ਨੂੰ ਸੁਣੋ ਫੁੱਲ ਸਪੋਰਟ ਕਰੋ ਸਾਡੇ ਸੋਸ਼ਲ ਮੀਡੀਆ ਤੇ ਤੇ ਇਹ ਨੌਲੇਜ ਵਾਲੀ ਗੱਡੀ ਜਿਹੜੀ ਆ ਬੜੀ ਸਪੀਡ ਨਾਲ ਅੱਗੇ ਜਾ ਰਹੀ ਆ ਤੇ ਇਹ ਨੌਲੇਜ ਵਾਲੀ ਗੱਡੀ 'ਚ ਜਿਹੜਾ ਚੜ ਗਿਆ ਉਹ ਬਚ ਗਿਆ ਜੀ ਬਿਲਕੁਲ ਤੇ ਖੁਸ਼ਖਬਰੀ ਇਹ ਕਿ ਆ ਵੀ ਆਪਣੇ 100000 ਸਬਸਕ੍ਰਾਈਬਰ 1 ਲੱਖ ਸਬਸਕ੍ਰਾਈਬਰ ਹੋ ਗਿਆ YouTube ਦੇ ਉੱਤੇ ਸੋ ਬਹੁਤ ਬਹੁਤ ਧੰਨਵਾਦ ਸਾਰੇ ਹੀ ਜਿਹੜੇ ਸਪੋਰਟ ਕਰਨ ਵਾਲਿਆਂ ਦਾ ਤੇ ਆਓ ਇਸ ਆંકੜੇ ਨੂੰ ਅੱਪਰ ਜਰਰੀ ਲਦੀ ਹੋਰ ਵੀ ਜਿਹੜਾ ਅੱਗੇ ਵਧਾਈਏ ਤੇ ਸ਼ੁਕਰੀਆ ਅਟਰਨੀ ਟੇਰ ਕਹਿਣਾ ਜੀ ਮਿਲਦੇ ਆ ਨੈਕਸਟ ਟਾਈਮ ਸਾਰਾ